ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਂਸ ਅਗੇਨ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਸਾਰੇ ਪਰਿਵਾਰ ਵਾਕਣ ਬੈਠਦੇ ਹੋ ਔਰ ਅਸੀਂ ਇੱਥੇ ਹਰ ਇੱਕ ਜੋ ਸਾਡੇ ਕੋਲ ਆਪਣੀ ਸਿਚੁਏਸ਼ਨ ਲੈ ਕੇ ਆਉਂਦਾ ਉਹਨਾਂ ਦੀ ਗੱਲ ਕਰਦੇ ਹਾਂ, ਬੜੀ ਵਾਰੀ ਅਸੀਂ ਟੋਪਿਕਸ ਦੀ ਵੀ ਗੱਲ ਕਰਦੇ ਹਾਂ ਔਰ ਅੱਜ ਵਾਕਣ ਬੜੀ ਵਾਰੀ ਪਹਿਲੇ ਵੀ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ ਜਿਹਦੇ ਨਾਲ ਕਿਸੇ ਆਪਣੀ ਕਮਿਊਨਿਟੀ ਦੇ ਵਿੱਚ ਕਿਸੇ ਨੂੰ ਅਲਰਟ ਕਰਨਾ ਹੋਏ, ਚੁਕੰਨਾ ਕਰਨਾ ਹੋਏ, ਸਮਝਾਉਣਾ ਹੋਏ ਕਿ ਇਸ ਤਰ੍ਹਾਂ ਵੀ ਹੋ ਸਕਦਾ। ਸੋ ਅੱਜ ਦੀ ਗੱਲ ਸ਼ਾਇਦ ਤੁਸੀਂ ਸਾਰਿਆਂ ਨੇ ਕਿਤੇ ਪੜ੍ਹੀ ਹੋਏ, ਨਿਊਜ਼ ਦੇ ਵਿੱਚ ਦੇਖੀ ਹੋਏ ਜਾਂ ਯੂ ਨੋ ਪੜ੍ਹੀ ਹੋਏ ਕਿ ਇੱਕ ਪੰਜਾਬੀ ਬੰਦਾ ਮਿਲਵਾਕੀ ਵਿਸਕੌਨਸਨ ਦੇ ਏਰੀਏ ਦੇ ਵਿੱਚ ਇੰਡੀਅਨ ਵੁਮੈਨ, ਜ਼ਿਆਦਾਤਰ ਤਾਂ ਇੰਡੀਅਨ ਵੁਮੈਨ ਜਿਹੜੀਆਂ ਹੈਗੀਆਂ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਆਪਣੇ ਜਾਲ ਵਿੱਚ ਫਸਾ ਕੇ ਅਤੇ ਉਹਨਾਂ ਨਾਲ ਉਹਨਾਂ ਨੂੰ ਬਲੈਕਮੇਲ ਕਰਦਾ ਰਿਹਾ। ਇਸ ਵੇਲੇ ਉਹ ਯੂ ਨੋ ਜੇਲ 'ਚ ਹੈਗਾ ਹੈ, ਕਨਵਿਕਟ, ਉਹਦੇ ਚਾਰਜਿਸ ਪ੍ਰੂਵ ਹੋ ਗਏ, ਸਭ ਕੁਝ ਹੋ ਗਿਆ, ਪਰ ਸ਼ਾਬਾਸ਼ੀ ਹੈ ਇੱਕ ਕਾਫੀ ਉਹ ਜਿਹੜੀਆਂ ਔਰਤਾਂ ਜਿਹੜੀਆਂ ਕਿ ਇਹਨਾਂ ਦੀਆਂ ਵਿਕਟਿਮ ਰਹੀਆਂ ਉਹਦੇ ਵਿੱਚੋਂ ਇੱਕ ਔਰਤ ਜਿਹੜੀ ਕਿ ਸਾਡੇ ਕੋਲ ਪਹੁੰਚੀ ਔਰ ਉਹਦਾ ਬਹੁਤ ਇਸ ਚੀਜ਼ ਦੀ ਯਕੀਨ ਹੈ ਉਹ ਕਿ ਐਟਲੀਸਟ ਹੋਰ ਕਿਸੇ ਭੈਣ ਨਾਲ ਇੰਜ ਤੱਕ ਨਾ ਹੋਵੇ। ਸੋ ਥਾਪੜੀ ਦੇਣੀ ਪਏਗੀ ਉਹਦੀ ਪਿੱਠ 'ਤੇ ਕਿ ਇਸ ਤਰ੍ਹਾਂ ਦੀ ਗੱਲ ਉਹ ਆਪ ਸ਼ੇਅਰ ਕਰਨ ਸਾਡੇ ਨਾਲ ਪਹੁੰਚੇ ਨੇ ਇਸ ਵੇਲੇ। ਸੋ ਸਾਰੇ ਪਲੀਜ਼ ਆਰਾਮ ਨਾਲ ਬੈਠ ਜਾਓ, ਜ਼ਰੂਰ ਇਹਨਾਂ ਦੀ ਗੱਲ ਕਰੋ। ਇਸ ਵੇਲੇ ਫੋਨ 'ਤੇ ਮੌਜੂਦ ਨੇ ਮੇਰੇ ਨਾਲ ਅਤੇ ਇਹਨਾਂ ਦੀ ਜ਼ਬਾਨੀ ਅਸੀਂ ਸੁਣਾਂਗੇ ਕਿ ਇਹਨਾਂ ਨਾਲ ਕੀ ਹੋਇਆ ਔਰ ਕੀ ਅਸੀਂ ਸਿੱਖ ਇਸ ਤੋਂ ਲੈ ਸਕਦੇ ਹਾਂ। ਸੋ ਵਿਸਕੌਨਸਨ ਤੋਂ ਜਿਹੜੇ ਸਾਡੇ ਨਾਲ ਨੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੈਲੋ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿਉਂਕਿ ਯੂ ਨੋ ਭਾਵੇਂ ਇਹਨਾਂ ਦੇ ਖੁਦ ਆਪਣੇ ਸਾਡੇ ਸਾਹਮਣੇ ਆਏ ਨੇ ਔਰ ਤੁਹਾਡੇ ਸਾਰਿਆਂ ਨਾਲ ਗੱਲ ਕਰਨਾ ਚਾਹੁੰਦੇ ਨੇ, ਪਰ ਇਹਨਾਂ ਦੀ ਆਈਡੈਂਟੀ ਸਾਡਾ ਇੱਕ ਯੂ ਨੋ ਹੈਗਾ ਕਿ ਅਸੀਂ ਕਦੀ ਵੀ ਨਹੀਂ ਦੱਸਦੇ ਅਤੇ ਸਪੈਸ਼ਲੀ ਉਹਨਾਂ ਦੀ ਸੇਫਟੀ, ਉਹਨਾਂ ਦੀ ਯੂ ਨੋ ਪ੍ਰਾਈਵੇਸੀ ਨੂੰ ਮੇਨਟੇਨ ਕਰਨ ਵਾਸਤੇ ਇਹਨਾਂ ਦਾ ਨਾਮ ਅਸੀਂ ਨਹੀਂ ਦੱਸਾਂਗੇ। ਪਰ ਤੁਸੀਂ ਬਹੁਤ ਪਹਿਲੇ ਤਾਂ ਮੇਰਾ ਯੂ ਨੋ ਆਈ ਰੀਅਲੀ ਐਪਰੀਸ਼ੀਏਟ ਕਿ ਤੁਸੀਂ ਇੱਥੇ ਆਏ ਹੋ ਇਸ ਪਿੱਛੇ ਕਿ ਹੋਰ ਸਾਡੀਆਂ ਭੈਣਾਂ ਜਿਹੜੀਆਂ ਇਸ ਤਰ੍ਹਾਂ ਇਸ ਬੰਦੇ ਦੇ ਜਾਂ ਇਸ ਤਰ੍ਹਾਂ ਦੇ ਹੋਰ ਬੰਦਿਆਂ ਦੇ ਵਿਕਟਿਮ ਨਾ ਬਣਨ। ਸੋ ਥੈਂਕ ਯੂ ਸੋ ਮੱਚ ਫੋਰ ਦੈਟ। ਪਰ ਨਾਲ ਹੀ ਆਪਣੀ ਗੱਲ ਦੱਸੋ ਕਿ ਐਸੇ 3 ਸਾਲ ਪਹਿਲੇ ਜੋ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸ ਰਹੇ ਸੀ, ਕੀ ਹੋਇਆ, ਕਿਸ ਤਰ੍ਹਾਂ ਦੀਆਂ ਘੜੀਆਂ ਸੀ ਕਿ ਤੁਸੀਂ ਇਹਨਾਂ ਦੀਆਂ ਗੱਲਾਂ 'ਚ ਆ ਗਏ? ਦਰਅਸਲ ਕਿ ਉਸ ਵੇਲਾ ਸੀਗਾ ਜਦੋਂ ਮੇਰੇ ਲਾਈਫ 'ਚ ਬਹੁਤ ਕੁਛ ਚੱਲਦਾ ਪਿਆ ਸੀ, ਜਦੋਂ ਘਰੇਲੂ ਬਹੁਤ ਜ਼ਿਆਦਾ ਤਣਾਅ ਸੀਗਾ ਜੀ 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 ਮੈਰਿਜ ਲਾਈਫ 'ਚ, ਤੇ ਜਿਵੇਂ ਮੁਸ਼ਕਿਲ ਦੀ ਘੜੀ ਸੀ ਉਸ ਵੇਲੇ, ਜਿਵੇਂ ਪਹਿਲੇ ਇਹਦੇ ਮਦਰ ਵਗੈਰਾ ਆਏ, ਤੁਹਾਨੂੰ ਕੁਛ ਚਾਹੀਦਾ ਹੋਵੇ ਸਾਡੇ ਕੋਲ, ਯੂਨੋ ਤੁਹਾਨੂੰ ਸਾਨੂੰ ਦੱਸਿਆ ਮੇਰੇ ਹਸਬੈਂਡ ਨੇ, ਉਹ ਤੁਹਾਡੀ ਮਦਦ ਕਰ ਦੇਣਗੇ, ਤੇ ਨਾਲੇ ਇਹ ਗੱਲ ਵੀ ਦੱਸੀ ਕਿ ਹਾਂਜੀ ਉਹਨਾਂ ਦਾ ਵੀ ਵਿਚਾਰ ਬਹੁਤ ਝਗੜੇ ਨੇ, ਐਸੇ ਤੋਂ ਵੱਖ ਹੋ ਰਹੇ ਨੇ, ਇਹ ਗੱਲ ਵੀ ਦੱਸੀ ਸੀ, ਉਹਨੇ ਸ਼ੇਅਰ ਕੀਤੀ ਸੀ। ਤੇ ਉਸ ਤੋਂ ਬਾਅਦ ਜਦੋਂ ਮੈਨੂੰ ਲੋੜ ਪਈ ਸੀ ਜੀ, ਮੈਂ ਇਕੱਲੀ ਸੀਗੀ, ਮੈਨੂੰ ਕੋਈ ਸਹਾਰਾ ਨਹੀਂ ਸੀਗਾ, ਤੇ ਜਿਵੇਂ ਮੈਂ ਉਹਨਾਂ ਦੀ ਹੈਲਪ ਲਿੱਤੀ ਕਿਤੇ ਆਉਣਾ ਜਾਣਾ, ਰਾਈਡ ਵਗੈਰਾ ਲੈਣੀ। ਸੋ ਪਹਿਲੇ ਮਤਲਬ ਤੁਹਾਡੀ ਪਹਿਲੇ ਸਿੰਪਥੀ, ਹਾਂਜੀ, ਸੋ ਪਹਿਲੇ ਤੁਹਾਡੀ ਇੱਕ ਤਰ੍ਹਾਂ ਨਾਲ ਤੁਹਾਨੂੰ ਸਿੰਪਥਾਈਜ਼ ਕਰ ਰਹੇ ਨੇ ਕਿ ਤੁਸੀਂ ਇਕੱਲੇ ਹੋ ਅਤੇ ਅਸੀਂ ਤੁਹਾਡੀ ਸਹਾਇਤਾ ਕਰ ਸਕਦੇ ਹਾਂ। ਔਰ ਤਾਜੁਬ ਦੀ ਗੱਲ ਹੈ ਕਿ ਉਹਨਾਂ ਦੀ ਮਾਂ ਦੇ ਨਾਲ ਆਏ, ਵਾਈਫ ਦੇ ਨਾਲ ਆਏ ਅਤੇ ਇੱਕ ਸਿੰਪਲ ਸਿੰਪਥੀ ਔਫਰ ਕਰ ਰਹੇ ਨੇ। ਕਿੱਥੇ ਦੇ ਨੇ, ਕੀ ਨਾਮ ਕੀ ਹੈ ਇਹਨਾਂ ਦਾ? ਵਿਕਰਮਜੀਤ ਵਰਮਾ। ਵਿਕਰਮਜੀਤ ਵਰਮਾ, ਓਕੇ। ਕੁਛ ਪਤਾ ਹੈ ਕਿੱਥੋਂ ਹੈ, ਪਿੱਛੋਂ ਪਿੱਛੋਂ ਕਿੱਥੋਂ ਦੇ ਨੇ? ਪਹਿਲੇ ਦੇ ਮਦਦ ਤੇ ਨਾ ਮੇਰੇ ਕੋਲ ਪੈਸੇ ਵਗੈਰਾ ਮੰਗੇ,
ਅੱਛਾ ਤੇ ਜਿਹੜੇ ਮੇਰੇ ਕੋਲ ਨਹੀਂ ਸੀ ਕਿ ਯੂ نو ਆਈ ਮੈਨੂੰ ਥੋੜੀ ਹੈਲਪ ਦੇ ਦਿਓ ਤੁਸੀਂ ਕਰ ਦਿਓ ਨਾ ਥੋੜੇ ਜਿਹੜਾ ক্লোਜ਼ ਆ ਚੁੱਕੇ ਸੀ ਤੇ ਅਸੀਂ ਕਹ ਚਲੋ ਕੋਈ ਨਹੀਂ ਜਿਵੇਂ ਇੱਕ ਵਾਰ ਜੂਬ ਵੀ ਦਿੱਤੀ ਤੇ ਉਹਨੇ ਕਿਹਾ ਕਿ ਮੈਂ ਗਿਰਵੀ ਰੱਖ ਰਿਹਾ ਤੁਹਾਨੂੰ ਮੈਂ ਬਹੁਤ ਜਲਦੀ ਦੇ ਦਾਂਗਾ ਪੈਸੇ ਨਾ ਸੋ ਜੁਐਲਰੀ ਮੰਗ ਕੇ ਕਿ ਮੈਂ ਪੌਨ ਕਰਨ ਲੱਗਾ ਮੈਂ ਗਿਰਵੀ ਰੱਖਣ ਲੱਗਾ ਤੇ ਤੁਸੀਂ ਮੈਨੂੰ ਜ਼ਰੂਰਤ ਹੈ ਜੀ ਹਾਂ ਜੀ ਓਕੇ ਤੇ ਉਸ ਤੋਂ ਜਿਵੇਂ ਹੋਰ ਟਾਈਮ ਲੰਘਿਆ ਤੇ ਜਿਵੇਂ ਮੈਂ ਪੁੱਛਿਆ ਕਿ ਪੇਮੈਂਟ ਦਿੱਤੀ ਆ ਤੁਸੀਂ ਕਿ ਨਹੀਂ ਮੇਰੇ ਕੋਲ ਤੇ ਹੈ ਨਹੀਂ ਜੇਵਰ ਨਾ ਚਲੇ ਜਾਣ ਤੇ ਯੂ نو ਮੈਂ ਵੀ ਜਿਵੇਂ ਹੋਰ ਜੇਵਰ ਦਿੱਤੇ ਕਿ ਮੇਰੇ ਕੋਲ ਵੀ ਪੈਸਾ ਨਹੀਂ ਸੀ ਕਿ ਮੇਰੀ ਜੁਐਲਰੀ ਨਾ ਚਲੀ ਜਾਵੇ ਅੱਛਾ ਕਦੀ ਕਹਿੰਦਾ ਸੀ ਮੈਂ ਇੰਡੀਆ ਜਾ ਰਹੀ ਹਾਂ ਉਹ ਮੈਂ ਜ਼ਮੀਨ ਹੈਗੀ ਹੈ ਮੇਰੀ ਵੇਚ ਕੇ ਤੁਹਾਨੂੰ ਮੈਂ ਦਵਾਂਗਾ ਪੈਸੇ ਨੂੰ ਪੈਸੇ ਦੇ ਦਾਂਗਾ ਪਰ ਮੇਰੇ ਕੋਲ ਇੰਡੀਆ ਜਾਣ ਦੇ ਵੀ ਪੈਸੇ ਨਹੀਂ ਹੈਗੇ ਤੇ ਐਸਾ ਕਰਦੇ ਕਰਦੇ ਉਹਨੂੰ ਮੈਂ ਬਹੁਤ ਪੈਸਾ ਲਿੱਤੇ ਜੁਐਲਰੀ ਕਰਦੇ ਕਰਦੇ ਲੈ ਲਿੱਤੀ ਨਾ ਆਲਮੋਸਟ ਕਿੰਨੀ ਜੁਐਲਰੀ ਤੁਸੀਂ ਸੋਚਦੇ ਹੋ ਕਿ ਇਸ ਤਰ੍ਹਾਂ ਲੁੱਟ ਲਈ ਉਹਨੇ 40,000 ਦੇ ਕਰੀਬ ਹੋਣੀ ਹੈ ਐਂਡ ਹਾਊ ਮੱਚ ਕੈਸ਼ ਕਿਸ ਤਰ੍ਹਾਂ ਡਰਾ ਰਿਹਾ ਸੀ ਉਹ ਤੁਹਾਨੂੰ ਕਿ ਕੀ ਕਰੇਗਾ ਹਾਂਜੀ ਉਹਦੇ ਕੋਲ ਨਾ ਫੋਟੋਆਂ ਸੀਗੀਆਂ ਮੇਰੀਆਂ ਤੇ ਵੈਸੇ ਕਹਿੰਦਾ ਸੀਗਾ ਕਿ ਮੈਂ ਕਰ ਦਵਾਂਗਾ ਜਿਹਨੂੰ ਕਰ ਦਵਾਂਗਾ ਡਿਲੀਟ ਕਰਦਾ ਨੀ ਸੀਗਾ ਕਿ ਟੀਵੀ ਦੇ ਡਿਮਾਂਡ ਫੋਟੋਆਂ ਤੇ ਆ ਗਈਆਂ ਕਿ ਮੈਂ ਤਾਂ ਹਲੇ ਬੜਾ ਨਾ ਪਰੇਸ਼ਾਨ ਆ ਮੈਨੂੰ ਪੈਸੇ ਦੀ ਬੜੀ ਤੰਗੀ ਹੈ ਜੋ ਮੁੱਕ ਜਾਏਗੀ ਮੈਂ ਫਿਰ ਕਰ ਦਵਾਂਗਾ ਮੈਂ ਡਿਲੀਟ ਕਰ ਦਵਾਂਗਾ ਐਸਾ ਕਰਦੇ ਕਰਦੇ ਪੈਸੇ ਮੰਗਦਾ ਗਿਆ ਜਦੋਂ ਹੱਦ ਵਧੀ ਜੋ ਮੇਰੇ ਕੋਲ ਪੈਸੇ ਮੁੱਕ ਗਏ ਸਭ ਕੁਛ ਚਲਾ ਗਿਆ ਸੀਗਾ ਤੇ ਉਹ ਚਾਹੁੰਦਾ ਸੀ ਕਿ ਮੈਂ ਫਿਰ ਆਪਣੇ ਪੇ ਚੈੱਕ ਤੋਂ ਉਹਨੂੰ ਪੈਸੇ ਲੋਨ ਲੈ ਕੇ ਦੇਵਾਂ ਅੱਛਾ ਕਿਉਂਕਿ ਇਹਦੇ ਵਿਚਕਾਰ ਜਿਹੜੀ ਵੀ ਪੌਣ ਜ਼ਰੂਰੀ ਤੇ ਉਹਨੇ ਕਦੀ ਕੀਤੀ ਨਹੀਂ ਸੀਗੀ ਕਦੀ ਉਹਨੇ ਗਿਰਵੀ ਰੱਖੀ ਨਹੀਂ ਸੀ ਉਹ ਤਾਂ ਸਾਰੀ ਵੇਚ ਚੁੱਕਿਆ ਸੀ ਮੈਨੂੰ ਬਾਅਦ ਚ ਪਤਾ ਲੱਗਿਆ ਤੇ ਪੌਣ ਦੇ ਨਾਂ ਤੇ ਇਹਨੇ ਬਹੁਤ ਵਾਰੀ ਮੇਰੇ ਕੋਲ ਮਤਲਬ ਹਰ ਵੇਲੇ ਉਹਦੀ ਕਿਸ਼ਤ ਦੇ ਵੀ ਪੈਸੇ ਮੇਰੇ ਕੋਲ ਲੈਂਦਾ ਮੈਂ ਜੋ ਕਮਾਉਂਦੀ ਸੀ ਆਪਣੀ ਜ਼ਰੂਰੀ ਬਚਾਉਣ ਦੇ ਚੱਕਰ ਨੂੰ ਪੈਸੇ ਦਿੰਦੀ ਸੀ ਕਿਸ਼ਤ ਓਕੇ ਸੋ ਇਹਦਾ ਵੇ ਤੁਸੀਂ ਇਸ ਡਰ ਪਿੱਛੇ ਕਿ ਉਹ ਜੋ ਤੁਹਾਨੂੰ ਬਲੈਕਮੇਲ ਕਰ ਰਿਹਾ ਸੀਗਾ ਕਿ ਮੈਂ ਤੁਹਾਡੇ ਹਸਬੈਂਡ ਨੂੰ ਦੱਸ ਦਾਂਗਾ ਤੁਹਾਡੇ ਰਿਸ਼ਤੇਦਾਰਾਂ ਨੂੰ ਦੱਸ ਦਾਂਗਾ ਕਿ ਮੇਰਾ ਤੁਹਾਡੇ ਨਾਲ ਅਫੇਅਰ ਹੈਗਾ ਓਕੇ ਠੀਕ ਹੈ ਹਾਂਜੀ ਉਹਨੇ ਮੈਨੂੰ ਟੈਕਸਟ ਭੇਜਿਆ ਕਿ ਮੇਰੀ ਫੋਟੋ ਨਾਲ ਤੇ ਇਹਨੂੰ ਫੇਸਬੁੱਕ ਦੀ ਲਿਸਟ ਕਿ ਮੈਂ ਸਾਰਿਆਂ ਨੂੰ ਤੇਰੀ ਫੋਟੋ ਭੇਜ ਦਾਂਗਾ ਤੇ ਮੈਂ ਇਹਨੂੰ ਫੋਨ ਕਰਕੇ ਕਿਹਾ ਕਿ ਤੈਨੂੰ ਪਤਾ ਤੂੰ ਕੀ ਕਰਦਾ ਪਿਆ ਕਹਿੰਦਾ ਮੈਨੂੰ ਸਭ ਪਤਾ ਹੈ ਲੋਨ ਲੈ ਕੇ ਦੇ ਮੈਨੂੰ ਪੈਸੇ ਦੇ ਤੇ ਮੈਂ ਫਿਰ ਗਈ ਪੇ ਦੇ ਚੈੱਕ ਤੋਂ ਆਪਣੇ ਚੈੱਕ ਤੋਂ ਲੋਨ ਚੱਕਿਆ ਉਹਨੂੰ ਮੈਂ ਚੈੱਕ ਮਿਲਿਆ ਫਿਰ ਮੈਂ ਉੱਥੋਂ US ਬੈਂਕ ਗਈ ਉੱਥੋਂ ਆਪਣਾ ਕੈਸ਼ ਕਢਾਇਆ ਸੀ US ਬੈਂਕ ਪਹੁੰਚ ਗਿਆ ਸੀ ਉੱਥੇ ਮੇਰੇ ਪੈਸੇ ਲੈ ਕੇ ਚਲਾ ਗਿਆ ਅੱਛਾ ਸੋ ਫਿਰ ਕਦੋਂ ਇੱਕ ਟ੍ਰਾਂਸਫਰਮੇਸ਼ਨ ਕਦੋਂ ਹੋਈ ਕਦੋਂ ਤੁਸੀਂ ਸੋਚਿਆ ਕਿ ਇਹਦੇ ਬਾਰੇ ਦੱਸਣਾ ਪਏਗਾ ਜਾਂ ਪੁਲਿਸ ਤੱਕ ਕਦੋਂ ਪਹੁੰਚੇ ਅਰੇ ਯੂ نو ਹਰ ਹਰ ਰੋਜ਼ ਮੈਂ ਇਹਦੇ ਤਰਲੇ ਕਰਦੀ ਸੀ ਕਿ ਤੂੰ ਮੇਰੇ ਕੋਲ ਸਾਰਾ ਕੁਝ ਤੇ ਲੈ ਲਿਆ ਮੇਰੀ ਤੂੰ ਹੁਣ ਫੋਟੋਆਂ ਕਰ ਦੇ ਤੂੰ ਕਰਦਾ ਨਹੀਂ ਪਿਆ ਇਹ ਨਾ ਤੇ ਮੈਂ ਨਹੀਂ ਕਰਦਾ ਸੀਗਾ ਤੇ ਇੱਕ ਵਾਰ ਮੈਂ ਇਹਨੂੰ ਮਿਲੀ ਗੱਡੀ ਵਿੱਚ ਤੇ ਮੈਂ ਇਹਦਾ ਫੋਨ ਖੋ ਕੇ ਨੱਸਣ ਦੀ ਕੋਸ਼ਿਸ਼ ਕੀਤੀ ਮੈਂ ਫੋਨ ਦੇ ਲੈ ਜਾਂਦੀ ਹਾਂ ਜੀ ਤੇ ਆਇਆ ਕਿ ਮੈਂ ਫੋਨ ਦੇ ਤੂੰ ਚਾਹੁੰਦੀ ਮੈਂ ਤੇਰੀ ਫੋਟੋ ਨਹੀਂ ਕਰਦਾ ਮੈਂ ਕਿਹਾ ਹਾਂ ਮੈਂ ਫੋਟੋ ਡਿਲੀਟ ਕਰ ਦੇ ਕਹਿੰਦਾ ਅੱਛਾ ਐ ਲੈ ਸਾਰੀ ਫੋਟੋ ਲੈ ਡਿਲੀਟ ਕਰਤੀ ਆ ਮੈਂ ਚਲੋ ਉਹ ਤਸੱਲੀ ਹੋ ਗਈ ਫਿਰ ਮੇਰੇ ਵਾਪਸੀ ਜਾਂਦੇ ਇਹਨੂੰ ਫੋਨ ਆਇਆ ਕਿ ਤੂੰ ਕੀ ਸੋਚਦੀ ਤੂੰ ਆਪਣੀ ਫੋਟੋ ਡਿਲੀਟ ਹੋ ਗਈ ਤੇਰੀ ਖਤਮ ਹੋ ਗਈ ਆ ਮੈਂ ਤਾਂ ਤੇਰੀ ਫੋਟੋ ਆਪਣੀ USB ਡਰਾਈਵ ਵਿੱਚ ਸੇਵ ਕੀਤੀ ਹੋਈਆਂ ਨੇ ਜੀ ਬਹੁਤ ਇੱਥੇ ਸਾਨੂੰ ਥੋੜੀ ਜੀ ਬ੍ਰੇਕ ਲੈਣੀ ਪਏਗੀ ਸੋ ਪਲੀਜ਼ ਤੁਸੀਂ ਹੋਲਡ ਕਰਕੇ ਰੱਖਿਓ ਔਰ ਬਾਕੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਜ਼ਰੂਰ ਫੋਨ ਮਿਲਾਓ ਇਹਨਾਂ ਨਾਲ ਤੁਹਾਡੀ ਡਾਇਰੈਕਟ ਗੱਲ ਹੋ ਸਕਦੀ ਹੈ ਜੋ ਸਵਾਲ ਹੋਣ ਕਿਉਂਕਿ ਇਹਨਾਂ ਦਾ ਮੇਨ ਪਰਪਜ਼ ਇਸ ਵੇਲੇ ਤੁਹਾਨੂੰ ਬ੍ਰੇਕ ਤੋਂ ਬਾਅਦ ਦੱਸਦੇ ਹਾਂ ਕਿਸ ਤਰ੍ਹਾਂ ਉਹਨਾਂ ਦਾ ਹਸਬੈਂਡ ਵੀ ਇਹਨਾਂ ਦੇ ਹਸਬੈਂਡ ਇਨਵੋਲਵ ਹੋਏ ਐਂਡ ਉਹਨਾਂ ਨੇ ਫੋਰਗਿਵ ਕਰਕੇ ਇਹਨਾਂ ਨਾਲ ਸਾਥ ਦਿੱਤਾ ਇਸ ਬੰਦੇ ਨੂੰ ਪਕੜਵਾਉਣ ਵਿੱਚ
ਉਸ ਸਕਸੈਸਫੁਲ ਹੋ ਗਏ ਹਾਂ, ਪਰ ਰਾਈਟ ਨਾਓ ਇਹ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਸਤਰਕ ਕਰਨ ਵਾਸਤੇ ਇਹ ਗੱਲ ਸ਼ੇਅਰ ਕਰ ਰਹੇ ਨੇ ਕਿ ਕਿਸ ਤਰ੍ਹਾਂ ਤੁਸੀਂ ਕਿਸੇ ਦੇ ਚੁੰਗਲ ਵਿੱਚ ਫਸ ਸਕਦੇ ਹੋ, ਕਿੰਨਾ ਮੈਨੂਪੁਲੇਟਿਵ ਹੋ ਸਕਦਾ ਉਹ ਇਨਸਾਨ, ਕਿੰਨਾ ਝੂਠਾ ਹੋ ਸਕਦਾ ਹੈ, ਔਰ ਇੱਕ ਪੂਰੇ ਟਾਰਗੇਟ ਦੇ ਨਾਲ ਉਹ ਏਮ ਕਰ ਰਿਹਾ। ਇਸ ਦੀਆਂ ਗੱਲਾਂ ਕਰਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਸਾਰਿਆਂ ਦਾ ਫਿਰ ਸਵਾਗਤ ਹੈ, ਵੈਲਕਮ ਬੈਕ। ਅਸੀਂ ਗੱਲ ਕਰ ਰਹੇ ਹਾਂ ਵਿਸਕੌਨਸਨ ਦੀ ਇੱਕ ਮੁਟਿਆਰ ਨਾਲ, ਜਿਹੜਾ ਕਿ ਇੱਕ ਬੰਦੇ ਦੇ ਚੁੰਗਲ ਦੇ ਵਿੱਚ ਫਸ ਕੇ ਆਪਣਾ ਕਾਫੀ ਨੁਕਸਾਨ ਕਰਵਾ ਚੁੱਕੇ ਹੈ। ਫਾਈਨੈਂਸ਼ੀਅਲ ਲੌਸਸ ਤਾਂ ਹੋਏ ਹੀ, ਉਹ ਬਹੁਤ ਪੈਸਾ ਜਵੈਲਰੀ ਲੁੱਟ ਕੇ ਲੈ ਗਿਆ, ਬਟ ਇਮੋਸ਼ਨਲ ਟੋਰਚਰ ਵੀ ਬਹੁਤ ਜ਼ਿਆਦਾ। ਠੀਕ ਹੈ, ਮੰਨਦੇ ਪਏ ਨੇ, ਆਪਣੇ ਆਪ ਕਨਫੈਸ ਕਰ ਰਹੇ ਨੇ ਸਾਰਿਆਂ ਨਾਲ, ਬੜੀ ਹਿੰਮਤ ਦੀ ਗੱਲ ਹੈ, ਪਰ ਦੱਸ ਰਹੇ ਨੇ ਕਿ ਕੁਛ ਕਮਜ਼ੋਰ ਘੜੀਆਂ ਸੀ ਜ਼ਿੰਦਗੀ ਦੀਆਂ ਜਦੋਂ ਹਸਬੈਂਡ ਦੇ ਨਾਲ ਨਹੀਂ ਬਣ ਰਹੀ ਸੀ। ਦੇਰ ਵਾਜ਼ ਅ ਰਫ ਪੈਚ ਇਨ ਦਾ ਮੈਰਿਜ ਜਦੋਂ ਕਿ ਇਹ ਘੜੀ ਆਈ, ਬਟ ਜੋ ਬਾਅਦ ਵਿੱਚ ਪਤਾ ਲੱਗਿਆ, ਤੁਸੀਂ ਹੋਰ ਗੱਲਾਂ ਇਹਨਾਂ ਤੋਂ ਸੁਣਦੇ ਹਾਂ ਕਿ ਕਿਸ ਤਰ੍ਹਾਂ ਉਹ ਟਾਰਗੇਟ ਹੀ ਉਹਨਾਂ ਔਰਤਾਂ ਨੂੰ ਕਰ ਰਿਹਾ ਸੀ ਜਿਹੜੀਆਂ ਜ਼ਿਆਦਾ ਵਨਰੇਬਲ ਹੈ, ਜਿਹੜੀ ਡਿਵੋਰਸਡ ਹੈ, ਸਿੰਗਲ ਹੈ, ਜਾਂ ਕੋਈ ਸੈਕਿੰਡ ਮੈਰਿਜ ਜਾਂ ਕੁਛ ਦੇ ਵਾਸਤੇ ਲੱਭ ਰਹੀਆਂ ਨੇ, ਕੋਈ ਇਸ ਤਰ੍ਹਾਂ ਦੀ। ਸੋ ਫਿਰ ਉਸ ਤੋਂ ਬਾਅਦ ਇੰਨਾ ਮੈਨੂਪੁਲੇਟਿਵ ਹੋ ਕੇ, ਸੋ ਪੁੱਛਦੇ ਹਾਂ ਇਹਨਾਂ ਨੂੰ ਕਿ ਅੱਗੇ ਕੀ ਹੋਇਆ। ਹਾਂਜੀ, ਤੁਸੀਂ ਦੱਸ ਰਹੇ ਸੀ ਫਿਰ ਕੀ ਹੋਇਆ ਅੱਗੇ, ਤੁਹਾਡੇ ਹਸਬੈਂਡ ਨੇ ਤੁਹਾਡਾ ਕਿਸ ਤਰ੍ਹਾਂ ਸਾਥ ਦਿੱਤਾ, ਕਿਸ ਤਰ੍ਹਾਂ ਤੁਹਾਡੀ ਆਪਸ ਵਿੱਚ ਗੱਲ ਹੋਈ? ਹਾਂਜੀ, ਜਿਸ ਤਰ੍ਹਾਂ ਮੈਂ ਦੱਸਿਆ ਕਿ ਉਹ ਮੈਨੂੰ ਜਿਵੇਂ ਧਮਕੀਆਂ ਦਿੰਦਾ ਸੀਗਾ, ਤੇ ਮੈਂ ਉਹਨੂੰ ਇਹ ਵੀ ਕਿਹਾ ਸੀ ਕਿ ਮੈਂ ਸੁਇਸਾਈਡ ਕਰ ਲਾਂਗੀ ਨਾ, ਜਿਸ ਤਰ੍ਹਾਂ ਤੂੰ ਮੇਰੀ ਫੋਟੋਆਂ ਨੂੰ ਕਰਦਾ ਪਿਆ, ਮੈਨੂੰ ਜਦ ਪੂਰਾ ਐਕਸਪੋਜ਼ ਕਰਨ ਦੀ ਕਰ ਲਈ ਕਿਸ ਤਰ੍ਹਾਂ ਦਿਖਾਉਂਗਾ ਨਾ। ਹਾਂਜੀ ਹਾਂਜੀ, ਕਹਿੰਦਾ ਸੀ ਮੈਂ ਤਾਂ ਆਪਣੇ ਵਕੀਲ ਨਾਲ ਗੱਲ ਕਰ ਲਈ ਹੈ, ਤੇ ਉਹ ਕਹਿੰਦਾ ਕਿ ਮੈਨੂੰ ਤਾਂ ਕੁਛ ਨੀ ਹੋਵੇਗਾ, ਜੋ ਹੋਵੇਗਾ ਤੇਰੇ ਹਸਬੈਂਡ ਨੂੰ ਹੀ ਹੋਵੇਗਾ, ਉਹਨੂੰ ਫੜੇਗੀ, ਤੂੰ ਕੁਛ ਕਰੇਗੀ ਤਾਂ ਮੈਨੂੰ ਤਾਂ ਕੁਛ ਨੀ, ਮੈਂ ਜ਼ਿਆਦਾ ਮੈਨੂੰ ਕੋਈ ਛੂ ਵੀ ਨੀ ਸਕਦਾ। ਅੱਛਾ, ਤੇ ਫਿਰ ਜਦੋਂ ਹਸਬੈਂਡ ਤਾਂ ਫਿਰ ਮੈਂ ਆਪਣੇ ਹਸਬੈਂਡ ਦੇ ਕੋਲ ਗਈ ਨਾ, ਤੇ ਉਹਨਾਂ ਨੂੰ ਪਤਾ ਜਿਵੇਂ ਲੱਗਿਆ, ਤੇ ਮੈਂ ਦੱਸੀ ਕਿ ਸਾਰੀ ਗੱਲ ਇਸ ਤਰ੍ਹਾਂ ਮੇਰੇ ਨਾਲ ਹੋ ਰਿਹਾ। ਰਾਈਟ, ਮੈਂ ਤਾਂ ਟੁੱਟ ਚੁੱਕੀ ਸੀ। ਜੀ ਜੀ, ਤਾਂ ਫਿਰ ਉਹਨਾਂ ਨੇ ਕਿਹਾ ਜੀ, ਉਹਨਾਂ ਨੂੰ ਜਿਵੇਂ ਮੈਂ ਤੇ ਥੋੜਾ ਸਾਇਆ ਮੇਰਾ ਦੇਖ ਕੇ ਨਾ ਹਾਲ, ਉਹ ਕਹਿੰਦੇ ਕਿ ਮੈਂ ਜਾਣਾ, ਤੂੰ ਇਸ ਤਰ੍ਹਾਂ ਦੀ ਤੇ ਹੈ ਨੀ ਨਾ, ਕਿ ਮੈਂ ਜਾਣਾ, ਉਹਨੇ ਉਹ ਕਿਸ ਤਰ੍ਹਾਂ ਬੰਦਾ, ਮੈਂ ਇਹ ਵੀ ਜਾਣਾ, ਤੇ ਅਸੀਂ ਫਿਰ ਉਹਨਾਂ ਨੇ ਮੈਨੂੰ ਚੈਕੀ ਤੋਂ ਪੁਲਿਸ ਬੁਲਾ ਸੀ। ਸੋ ਇਹ ਤੁਹਾਡੇ ਹਸਬੈਂਡ ਪਹਿਲੇ ਇਹਨਾਂ ਨੂੰ ਥੋੜਾ ਬਹੁਤ ਜਾਣਦੇ ਸੀ, ਕਿਉਂਕਿ ਯੂ نو ਕੈਬ ਚਲਾਉਂਦੇ ਐ ਐਂਡ 올 ਦੈਟ, ਉਹ ਸਭ ਜਾਣਦੇ। ਠੀਕ ਹੈ, ਹਾਂਜੀ ਠੀਕ ਹੈ, ਹਾਂਜੀ ਜਾਣਦੇ ਸੀ। ਅਸੀਂ ਪੁਲਿਸ ਬੁਲਾਈ, ਤੇ ਉਸ ਵੇਲੇ ਤੇ ਪੁਲਿਸ ਨੇ ਜਦੋਂ ਛਾਣਬੀਨ ਕੀਤੀ, ਮੈਸੇਜ ਵਗੈਰਾ ਪੜੇ, ਤੇ ਕੁਛ ਉਹਨਾਂ ਨੂੰ ਕੋਈ ਸਬੂਤ ਨਹੀਂ ਹੱਥ ਲੱਗਿਆ ਜੀ। ਬਸ ਇਹ ਸੀਗਾ ਕਿ ਉਹਨਾਂ ਨੇ ਉਹਨੂੰ ਅਰੈਸਟ ਕੀਤਾ ਸੀ, ਅਰੈਸਟ ਕਰਕੇ ਲੈ ਗਏ ਸੀ, ਪਰ ਜਰੂਰੀ ਉਹਨੇ ਧੋਖੇ ਨਾਲ ਵੇਚੀ ਸੀਗੀ ਦੁਕਾਨਦਾਰ ਨੂੰ, ਝੂਠ ਕਹਿ ਕੇ ਕੀ ਹੈ ਉਹਦੀ ਹੈ, ਉਸ ਕਰਕੇ ਉਹਨੂੰ ਟਿਕਟ ਮਿਲੀ ਸੀਗੀ। ਰਾਈਟ, ਤੇ ਉਸ ਤੋਂ ਬਾਅਦ ਉਹਨੂੰ ਵਾਰਨਿੰਗ ਦੇ ਕੇ ਛੱਡਤਾ ਸੀਗਾ। ਅੱਛਾ, ਉਹਨੂੰ ਇਹ ਵਾਰਨਿੰਗ ਦਿੱਤੀ ਸੀ, ਤੂੰ ਇਹ ਫੋਟੋ ਕਿੱਥੇ ਨੀ ਪਾ ਸਕਦਾ, ਇਹ ਇਲੀਗਲ ਹੈ, ਕਹਿਣਾ ਮੈਨੂੰ ਪਤਾ। ਹਾਂਜੀ, ਉਹਨੇ ਇਹ ਵੀ ਦੱਸਿਆ ਕਿ ਹਾਂ ਮੈਂ ਤਾਂ ਕੈਸੀਨੋ ਦੀ ਆਦਤ ਹੈਗੀ ਹੈ, ਤੇ ਮੈਂ ਸਾਰੇ ਪੈਸੇ ਜੂਏ ਚ ਉਡਾ ਦਿੱਤੇ। ਸੋ ਤੁਹਾਡੇ ਤੁਸੀਂ ਇਹ ਵੀ ਦੱਸ ਰਹੇ ਸੀ ਕਿ ਕੋਈ ਐਵੀਡੈਂਸ ਨਹੀਂ ਛੋੜ ਰਿਹਾ ਸੀ, ਜਿਵੇਂ ਟੈਕਸ ਵਿੱਚ ਕਦੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ ਸੀ। ਨਹੀਂ, ਟੈਕਸ ਵਿੱਚ ਨਹੀਂ, ਟੈਕਸ ਵਿੱਚ ਤਾਂ ਮੈਂ ਕਹਿੰਦਾ ਸੀ ਕਿ ਇਹਨੂੰ ਤੂੰ ਇਸ ਤਰ੍ਹਾਂ ਮੇਰਾ ਕਰਦਾ ਪਿਆ, ਤੂੰ ਟੈਕਸ ਦਾ ਜਵਾਬ ਦਿੰਦਾ, ਤੂੰ ਕਿੰਨਾ ਮੇਰਾ ਪਿਆਰ ਮੁੱਦਾਂ ਦੀਆਂ ਗੱਲਾਂ ਕਰਦਾ, ਕਹਿੰਦਾ ਹਾਂ ਤੂੰ ਕਰਨੀ ਤਾਂ ਇਸ ਤਰ੍ਹਾਂ ਦੀ ਗੱਲ ਨਾ ਕਰ, ਤੂੰ ਟੈਕਸ ਨਾ ਕਰਦੀ, ਉਹਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ, ਕੋਈ ਸਬੂਤ ਨਹੀਂ ਛੱਡਦਾ ਸੀਗਾ। ਸੋ ਸੇਫ ਸੇਫ ਜਾ ਰਿਹਾ ਸੀ ਆਪ? ਹਾਂ ਹਾਂਜੀ ਜੀ, ਆਪਣੇ ਆਪ ਨੂੰ ਬਹੁਤ ਸੇਫ ਕਰਦਾ, ਬਹੁਤ ਸੇਫ ਲੈ ਕੇ ਜਾ ਰਿਹਾ ਸੀ ਕਿ ਕੋਈ ਸਬੂਤ ਨੀ ਪਿੱਛੇ, ਕੋਈ ਇਹਦੇ ਉੱਤੇ ਕੋਈ ਨਾਮ ਨਾ ਆਏ, ਹਰ ਤਰ੍ਹਾਂ ਜਿਵੇਂ ਵਕੀਲਾਂ ਕੋਲ ਪੁੱਛ, ਹਰ ਤਰ੍ਹਾਂ ਦੀ ਛਾਣਬੀਨ ਕਰਕੇ ਕਿ ਮੈਂ ਕਿਸ ਤਰ੍ਹਾਂ ਸੇਫ ਰਹਾਂ। ਅੱਛਾ, ਪਰ ਮੇਰੇ ਪਤਾ ਨੀ ਕੀ ਦਿਮਾਗ ਚ ਆਇਆ ਸੀ ਕਿ ਜਦੋਂ ਇਹ ਮੈਨੂੰ ਕਰਦਾ ਸੀਗਾ, ਫੋਟੋ ਨੀ ਕਰ ਰਿਹਾ ਸੀਗਾ, ਮੈਂ ਆਟੋਮੈਟਿਕ ਕਾਲ ਰਿਕਾਰਡਿੰਗ ਕਰ ਲਈ ਸੀ ਆਪਣੇ ਫੋਨ ਤੇ ਡਾਊਨ। ਸੋ ਯੂ ਸਟਾਰਟਡ ਰਿਕਾਰਡਿੰਗ ਹਿਮ? ਠੀਕ ਹੈ ਠੀਕ ਹੈ, ਹਾਂਜੀ ਹਾਂਜੀ, ਤੇ ਮੈਂ ਉਹ ਰਿਕਾਰਡਿੰਗ ਸੀਗੀ ਮੇਰੇ ਕੋਲ, ਬਟ ਪਰ ਪੁਲਿਸ ਨੇ ਕਿਹਾ ਕਿ ਇਹ ਹੈਲਪ ਨਹੀਂ ਹੈਗਾ ਸਾਨੂੰ, ਠੋਸ ਜਿਵੇਂ ਮੈਸੇਜ ਵਗੈਰਾ ਸਭ ਸਬੂਤ ਚਾਹੀਦੇ, ਨਹੀਂ ਹੋ ਪਾਇਆ। ਇੱਕ ਤਾਂ ਮੈਂ ਉਸ ਵੇਲੇ ਵੀ ਟੁੱਟੀ ਗਈ ਸੀ ਕਿ ਹਾਰ ਕੇ ਥੱਕ ਕੇ, ਕਿ ਮੇਰੀ ਸਾਰੀ ਜੁਲਰੀ ਨੇ ਵੇਚ ਦਿੱਤੀ, ਮੈਂ ਝੂਠ ਬੋਲਦਾ ਰਿਹਾ, ਮੇਰੇ ਕੋਲ ਪੈਸੇ ਤੇ ਜੁਲਰੀ ਦੇ ਪੈਸੇ ਛੋਟੇ ਛੋਟੇ ਕਿਸ਼ਤਾਂ ਮੇਰੇ ਕੋਲ ਲੈਂਦਾ ਰਿਹਾ, ਮੈਨੂੰ ਦੋ ਦੋ ਹਜ਼ਾਰ ਡਾਲਰ ਮਤਲਬ ਦੋ ਦੋ ਹਜ਼ਾਰ ਇੱਕ ਇੱਕ ਵਾਰੀ ਲੈਂਦਾ, ਕਿਸ ਤਰ੍ਹਾਂ ਮੈਂ ਕਮਾਂਗਾ, ਮੈਂ ਦੇਖਿਆ ਸਭ, ਤੇ ਮੈਂ ਕੁਛ ਨੀ ਕਰ ਪਾਈ, ਕੁਛ ਨੀ ਹੋਇਆ ਨਾ। ਤੇ ਮੇਰੇ ਹਸਬੈਂਡ ਨੇ ਫਿਰ ਮੇਰੀ ਬਹੁਤ ਸਪੋਰਟ ਕੀਤਾ, ਤੂੰ ਹਾਰ ਨਾ ਮੰਨ, ਤੂੰ ਤੂੰ ਕੋਸ਼ਿਸ਼ ਕਰਦੀ ਰਹਿ,
ਇਸ ਤਰ੍ਹਾਂ ਨਹੀਂ ਛੱਡਿਆ ਜਾ ਸਕਦਾ, ਤੂੰ ਕੋਸ਼ਿਸ਼ ਕਰ ਜੀ ਅੱਗੇ ਵੱਧ ਤੇ ਤਾਂ ਕਾਮਯਾਬੀ ਤੈਨੂੰ ਮਿਲੇਗੀ। ਤਾਂ ਫਿਰ ਜਦੋਂ ਮੈਂ ਕੀਤੀ ਇੱਥੇ ਦੇ ਡੀਏ ਨੂੰ ਕਿ ਮੇਰੇ ਨਾਲ ਇਸ ਤਰ੍ਹਾਂ ਹੋਇਆ ਤੇ ਉਹਨਾਂ ਨੇ ਫਿਰ ਮੈਨੂੰ ਬੁਲਾਇਆ ਸੱਦਿਆ ਸੀਗਾ ਆਪਣਾ ਆਫਿਸ ਵਿੱਚ। ਸੋ ਡਿਸਟ੍ਰਿਕਟ ਅਟਾਰਨੀ ਨੂੰ ਤੁਸੀਂ ਲਿਖਿਆ, ਉਹਨਾਂ ਨੂੰ ਅਪਰੋਚ ਕੀਤਾ ਜੀ? ਹਾਂ ਜੀ, ਮੈਂ ਉਹਨਾਂ ਨੂੰ ਅਪਰੋਚ ਕੀਤਾ ਕਿ ਮੇਰੇ ਨਾਲ ਇਸ ਤਰ੍ਹਾਂ ਹੋਇਆ ਤੇ ਉਹਨਾਂ ਮੈਂ ਉਹਨਾਂ ਨੇ ਮਿਲ ਲਿਆ, ਮੈਂ ਉਹਨਾਂ ਦੇ ਆਫਿਸ ਗਈ, ਉਹਨਾਂ ਸਾਰੀ ਗੱਲਬਾਤ ਦੱਸੀ, ਸਾਰੀ ਰਿਕਾਰਡਿੰਗ ਸੁਣਾਈ ਕਿ ਦੇਖੋ ਅੱਗੇ ਮੈਂ ਜਾਂਦੀ ਮੇਰੇ ਨਾਲ ਇਹ ਹੋਇਆ ਤੇ ਮੇਰੇ ਕੋਲ ਸਬੂਤ ਨਹੀਂ ਹੁੰਦਾ ਪਰ ਇਹ ਚੀਜ਼ਾਂ ਹੈਗੀਆਂ ਨੇ, ਇਹਦੇ ਰਿਕਾਰਡਿੰਗ ਹੈਗੀ ਆ, ਉਹ ਸਾਫ਼ ਬੋਲਦਾ ਪਿਆ ਉਹ ਜੀ। ਉਹ ਕਹਿੰਦਾ ਕਿ ਮੈਂ ਤੇ ਤੇਰੀ ਯੂ ਨੋ ਫੋਟੋਆਂ ਯੂ ਐਸ ਵਿੱਚ ਫਲੈਸ਼ ਡਰਾਈਵ ਹੈ ਤੇ ਉਹਦਾ ਇੱਕ ਪਾਸਵਰਡ ਹੈਗਾ, ਮੈਂ ਤੇ ਬਸ ਤੇਰੀ ਇੰਡੀਆ ਭੇਜਤੀ ਹੈ ਫਲੈਸ਼ ਡਰਾਈਵ ਤੇ ਪਾਸਵਰਡ ਦੇਣ ਦੀ ਬਸ ਦੇਰ ਹੈਗੀ ਹੈ। ਸੋ ਬਲੈਕਮੇਲ ਪੂਰਾ, ਸੋ ਦੈਟ ਪ੍ਰੂਫ ਦੇ ਗੋਟ ਇਟ। ਸੋ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉਹਨਾਂ ਨੂੰ ਕੀ ਪਤਾ ਲੱਗਿਆ? ਹਾਂਜੀ, ਇਹ ਮਾਰਚ ਵਿੱਚ 10 ਮਾਰਚ 2015 ਨੂੰ ਅਰੈਸਟ ਹੋਇਆ ਸੀਗਾ ਤੇ ਉਹਦੇ ਵਿੱਚ ਉਹਨਾਂ ਨੂੰ ਕੁਝ 40 ਪੋਰਨੋਗ੍ਰਾਫੀ ਮਿਲੀ। ਅੱਛਾ। ਤੇ ਹਾਂਜੀ, ਤੇ ਤਕਰੀਬਨ 60 ਫੋਟੋਆਂ ਇੰਡੀਅਨ ਔਰਤਾਂ ਦੀ ਮਿਲੀਆਂ। ਓਕੇ। ਤੇ ਨਾਲੇ ਕੁਝ ਵੀਡੀਓਜ਼ ਵੀ ਸੀਗੀਆਂ। ਤੇ ਹਾਂਜੀ, ਤੇ ਹੋਰ ਉਹਨਾਂ ਨੂੰ ਇੱਕ ਮਿਲੀ ਕਿ ਜਿਸ ਤਰ੍ਹਾਂ ਇਹਦੀ ਵਾਈਫ ਦੀ ਜਿਹੜੀ ਭੈਣ ਹੈਗੀ ਆ ਇੱਥੇ, ਕਜ਼ਨ ਭੈਣ ਹੈਗੀ ਆ, ਉਹਦੀ ਫਰੈਂਡ ਲਿਸਟ ਦੀ ਪੂਰਾ ਸਕਰੀਨਸ਼ਾਟ ਇਹਦੇ ਕੋਲ ਸੀਗਾ, ਜਿਸ ਕੌਣ ਕੌਣ ਫਰੈਂਡ ਲਿਸਟ, ਕੌਣ ਕੌਣ ਔਰਤਾਂ ਨੇ ਇੱਥੇ। ਜੀ ਜੀ ਜੀ, ਬਹੁਤ ਇਸੀ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਮੈਂ ਥੋੜ੍ਹਾ ਜਿਹਾ ਯੂ ਨੋ ਸਾਰਿਆਂ ਨੂੰ ਜ਼ਰੂਰ ਬਰੀਫ ਕਰ ਦਿੰਦੀ ਹਾਂ, ਕਈ ਵਾਰੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਈ ਹੋਪ ਕਿ ਯੂ ਨੋ ਕਿਉਂਕਿ ਅਸੀਂ ਫੋਨ ਦੇ ਉੱਤੇ ਉਹਨਾਂ ਨੂੰ ਲੈ ਰਹੇ ਹਾਂ ਤਾਂ ਕਿ ਤੁਹਾਨੂੰ ਸਮਝ ਆਏ ਉਹ ਕੀ ਕਹਿ ਰਹੇ। ਮਤਲਬ ਤੁਸੀਂ ਇੱਕ ਤਾਜੁਬ ਦੀ ਗੱਲ ਹੈ ਕਿ ਇੱਕ ਇਨਸਾਨ ਕਿੰਨਾ ਔਰ ਪਲਾਨ ਹੈ ਬਿਲਕੁਲ ਨਾ, ਇਟਸ ਦਿਖ ਰਿਹਾ ਹੈ ਪੁਲਿਸ ਜਿਵੇਂ ਡਿਸਟ੍ਰਿਕਟ ਅਟਾਰਨੀ ਨਾਲ ਤੁਹਾਨੂੰ ਦੱਸ ਰਹੇ ਨੇ ਕਿ ਡਿਸਟ੍ਰਿਕਟ ਅਟਾਰਨੀ ਨੂੰ ਅਪਰੋਚ ਕੀਤਾ, ਉੱਥੋਂ ਜਾ ਕੇ ਇਨਵੈਸਟੀਗੇਸ਼ਨ ਫਾਈਨਲੀ ਸ਼ੁਰੂ ਹੋਈ ਕਿਉਂਕਿ ਪੁਲਿਸ ਦੇ ਵੱਸ ਕੁਛ ਨਹੀਂ ਨਿਕਲਿਆ, ਟੈਕਸ ਨਹੀਂ ਛੋੜਦਾ ਸੀ, ਕੋਈ ਪਰੂਫ ਨਹੀਂ ਛੋੜ ਰਿਹਾ ਸੀ। ਸੋ ਇਨਵੈਸਟੀਗੇਸ਼ਨ ਤੋਂ ਬਾਅਦ ਸਾਰਾ ਕੁਛ ਇਹ ਪਤਾ ਲੱਗਿਆ ਕਿ ਉਹ ਕਿੰਨੀਆਂ ਹੀ ਔਰਤਾਂ ਦੇ ਨਾਲ। ਸੋ ਇਹ ਕਹਿੰਦੇ ਨੇ ਕਿ ਗਲਤ ਤਰੀਕੇ ਨਾਲ ਇਨਐਪਰੋਪਰੀਏਟ ਪਿਕਚਰਸ ਜਿਹੜੀਆਂ ਨੰਗੀਆਂ ਪਿਕਚਰਸ, ਉਹ 60 ਜਨਾਨੀਆਂ, 60 ਇੰਡੀਅਨ ਵੁਮੈਨ ਦੀਆਂ ਉਹਨਾਂ ਨੂੰ ਉਹਦੇ ਫੋਨ ਤੋਂ ਮਿਲੀਆਂ। ਐਂਡ ਚਾਈਲਡ ਪੋਰਨੋਗ੍ਰਾਫੀ ਦੇ ਦਾ ਵੀ ਚਾਰਜਸ ਉਹਦੇ 'ਤੇ ਹੈ ਕਿਉਂਕਿ ਉਦੋਂ ਉਹ ਵੀ ਪਿਕਚਰਸ ਉਹਨਾਂ ਦੇ ਮਿਲੀਆਂ। ਬਟ ਕਿਸ ਤਰ੍ਹਾਂ ਉਹ ਪਲਾਨ ਕਰਕੇ ਸਿਰਫ ਲੁੱਟਣ ਦੇ ਵਿੱਚ, ਔਰ ਇਹਨਾਂ ਦਾ ਇਹ ਵੀ ਕਹਿਣਾ ਹੈ ਬਾਅਦ ਵਿੱਚ ਕਿ ਵਾਈਫ ਵੀ ਨਾਲ ਸ਼ਾਮਿਲ ਹੋਈ ਹੋਈ ਸੀ ਕੋਰਟ 'ਚ ਜਦੋਂ ਆਇਆ ਅਤੇ ਨਾਲ ਸੀਗੀ, ਔਰ ਉਹਦੀਆਂ ਵੀ ਪਿਕਚਰਸ ਸੀਗੀਆਂ ਜਦੋਂ ਇਹਨਾਂ ਨੇ ਅਥਾਰਟੀਜ਼ ਨੇ ਜਾ ਕੇ ਉਹਨੂੰ ਪੁੱਛਿਆ ਵੀ ਤੂੰ ਵੀ ਇਹਦੀ ਵਿਕਟਮ ਹੈ, ਅਤੇ ਉਹ ਕਹਿੰਦੀ ਨਹੀਂ ਮੈਂ ਵਿਕਟਮ ਨਹੀਂ ਹਾਂ, ਮੈਂ ਕੰਸੈਂਸ਼ੂਲੀ ਯੂ ਨੋ ਮੈਨੂੰ ਪਤਾ ਹੈ ਸਭ, ਸੋ ਸ਼ੀ ਇਜ਼ ਸਪੋਰਟਿੰਗ ਹਿਮ। ਸੋ ਇਨ ਅ ਵੇ ਇਹ ਵੀ ਲੱਗਦਾ ਹੈ ਜਿਹੜਾ ਕਿ ਇਹਨਾਂ ਦਾ ਕਹਿਣਾ ਹੈ ਕਿ ਇਕੱਠੇ ਹੋ ਕੇ ਉਹ ਇਹ ਸਕੀਮ ਪਾ ਕੇ ਪਲਾਨ ਕਰਕੇ ਇੰਡੀਅਨ ਵੁਮੈਨ ਨੂੰ ਲੁੱਟ ਰਹੇ ਨੇ। ਸੋ ਦੇਖਿਆ ਜਾ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਗੌਰ ਦਾਂਗੇ ਇਹਦੇ 'ਤੇ ਕਿ ਕਿਸ ਤਰ੍ਹਾਂ ਕਮਜ਼ੋਰ ਕੜੀਆਂ ਦੇ ਵਿੱਚ ਤੁਸੀਂ ਕਈ ਵਾਰੀ ਐਸੇ ਲੋਨਲੀਨੈਸ ਦੇ ਵਿੱਚ ਹੋਇਆ, ਔਰ ਕਈ ਜਿਹੜੀਆਂ 60 ਜਨਾਨੀਆਂ ਉਹਦੇ ਵਿੱਚੋਂ ਅਸੀਂ ਆਪ ਜਿਵੇਂ ਇਸ ਪਰਿਵਾਰ 'ਚ ਬੈਠ ਕੇ ਗੱਲ ਕਰ ਰਹੇ ਹਾਂ, ਉਹ ਵੀ ਉਸੇ 'ਤੇ ਕਈ ਹੋਣਗੀਆਂ ਜਿਹੜੀਆਂ ਸਟੈਟਸ ਯੂ ਨੋ ਇਮੀਗ੍ਰੇਸ਼ਨ ਸਟੈਟਸ ਨਹੀਂ ਹੈ, ਅਤੇ ਓਕੇ ਇਹ ਸਿਟੀਜ਼ਨ ਹੈ ਔਰ ਉਹਨਾਂ ਨੂੰ ਕਰਦਾ ਰਿਹਾ ਕਿ ਯੂ ਨੋ ਮੈਂ ਵਿਆਹ ਕਰਾ ਲਵਾਂਗਾ, ਅਫੇਅਰ ਚੱਲ ਰਿਹਾ, ਫਿਜ਼ੀਕਲੀ ਵੀ ਅਬਿਊਜ਼ ਕਰ ਰਿਹਾ, ਸੈਕਸ ਕਰ ਰਿਹਾ ਉਹਨਾਂ ਨਾਲ। ਸੋ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਇੱਕ ਆਸ ਦੇ ਰਿਹਾ ਇਸ ਚੀਜ਼ ਦੀ ਕਿ ਤੁਹਾਡਾ ਇੱਥੇ ਜਿਹੜਾ ਹੈ ਪਰਮਾਨੈਂਟ ਸਟੈਟਸ ਹੋ ਜਾਏਗਾ। ਸੋ ਜ਼ਰੂਰ ਇਹਨਾਂ ਨਾਲ ਪਲੀਜ਼ ਜ਼ਰੂਰ ਕਾਲ ਕਰਕੇ ਗੱਲ ਵੀ ਕਰੋ ਅਤੇ ਪੁੱਛੋ ਜੋ ਤੁਹਾਡੇ ਮਨ ਵਿੱਚ ਸਵਾਲ ਆਉਂਦਾ, ਔਰ ਕਿਸ ਤਰ੍ਹਾਂ ਇਹਨਾਂ ਨੂੰ ਵੀ ਪੁੱਛਾਂਗੇ ਕਿ ਇਹ ਕਿਹੜਾ ਮੈਸੇਜ ਸਾਰੀਆਂ ਕੁੜੀਆਂ ਬੰਦਿਆਂ ਨੂੰ ਦੇਣਾ ਚਾਹੁੰਦੇ ਨੇ ਕਿ ਐਸੇ ਟਾਈਮ 'ਤੇ ਜਦੋਂ ਹੁੰਦਾ ਕੁਛ ਤਾਂ ਕਰੀਏ ਕੀ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ, ਵੈਲਕਮ ਬੈਕ। ਮੈਂ ਸਾਰਿਆਂ ਨਾਲ ਪਰਿਵਾਰ ਨਾਲ ਬੈਠ ਕੇ ਜੋ ਮਨ 'ਚ ਆਉਂਦਾ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਰਾਈਟ ਨਾਓ ਮੇਰੇ ਮਨ 'ਚ ਜ਼ਰੂਰ ਆ ਰਿਹਾ ਕਿ ਇਹ ਮੈਨੂੰ ਕਹਿ ਰਹੇ ਸੀ ਕਿ ਮੈਨੂੰ ਨਾ ਸਾਥ ਨਹੀਂ ਮਿਲਿਆ, ਮੈਨੂੰ ਕੁਛ ਸੁਸਾਇਟੀ ਵੱਲੋਂ, ਫਰੈਂਡਸ ਵੱਲੋਂ, ਆਪਣੀ ਕਮਿਊਨਿਟੀ ਵੱਲੋਂ ਸਾਥ ਜ਼ਿਆਦਾ ਨਹੀਂ ਮਿਲਿਆ। ਹਾਲੇ ਕਿ ਫਿਰ ਵੀ ਇਹਨਾਂ ਨੇ ਇਹ ਵੀ ਦੱਸਿਆ ਕਿ ਗੁਰਦੁਆਰੇ ਦੇ ਪ੍ਰਧਾਨ, ਮੰਦਿਰ ਦੇ ਪ੍ਰਧਾਨ ਦੋਨਾਂ ਵੱਲੋਂ ਇੱਕ ਅੱਛੀ ਲੈਟਰ ਲਿਖੀ ਗਈ ਕੰਪਲੇਂਟ ਦੀ ਕਿ ਅਸੀਂ ਇਹਦੇ ਨਾਲ ਖੜ੍ਹੇ ਹਾਂ ਔਰ ਇਹਦੇ ਨਾਲ ਇਹ ਹੋਇਆ, ਔਰ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਇਸ ਬੰਦੇ ਨੂੰ ਜਿਹੜਾ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਅਸੀਂ ਪਤਾ ਲੱਗ ਗਿਆ ਸਾਨੂੰ ਕਿ ਇਹ ਚੀਜ਼ ਹੋ ਰਹੀ ਹੈ।
ਸੋ ਉਹਦੇ ਇਲਾਵਾ ਬਾਕੀ ਸਾਰਿਆਂ ਦਾ ਸਾਥ ਨਹੀਂ ਮਿਲਿਆ ਤੇ ਮੈਨੂੰ ਲੱਗਦਾ ਸੀ ਕਿ ਆਪਣੇ ਪਰਿਵਾਰ ਵਿੱਚੋਂ ਐਟਲੀਸਟ ਇਹਨਾਂ ਦਾ ਸਪੋਰਟ ਕਰਨ, ਤੁਸੀਂ ਕੋਈ ਸਵਾਲ ਨਹੀਂ ਕਰਨਾ ਪਰ ਇਹਨਾਂ ਨੂੰ ਸਪੋਰਟ ਕਰਨ ਕਿ ਹਾਂ ਇਹ ਬਾਹਰ ਆ ਕੇ ਗੱਲ ਕੀਤੀ ਹੈ ਤੁਸੀਂ, ਅਸੀਂ ਆਪਣੀਆਂ ਧੀਆਂ ਨੂੰਹਾਂ ਨੂੰ ਸਭ ਨੂੰ ਇਹ ਚੀਜ਼ਾਂ ਦੱਸਣੀਆਂ ਨੇ ਕਿ ਕਮਜ਼ੋਰ ਘੜੀਆਂ ਵਿੱਚ ਫੈਮਲੀ ਵੱਲ ਯੂ ਨੋ ਮੂਵ ਕਰੋ ਅਤੇ ਬਾਹਰ ਵੱਲ ਨਹੀਂ। ਔਰ ਹੋਰ ਬੜੀਆਂ ਸਾਰੀਆਂ ਚੀਜ਼ਾਂ, ਜੇ ਕੋਈ ਇਸ਼ੂ ਹੋ ਜਾਂਦਾ ਹੈ ਤਾਂ ਪੁਲਿਸ ਕੀ ਕਰ ਸਕਦੀ ਹੈ, ਡਿਸਟ੍ਰਿਕਟ ਅਟਰਨੀ ਕੀ ਕਰ ਸਕਦੀ ਹੈ, ਕੀ ਪ੍ਰੋਸੈਸ ਹੈ, ਕਿਵੇਂ ਤੁਸੀਂ ਜਾ ਸਕਦੇ ਹੋ, ਉਸ ਤਰ੍ਹਾਂ ਸਵਾਲ ਵੀ ਤੁਹਾਡੇ ਮਨ 'ਚ ਆ ਸਕਦੇ ਹੈ। ਪਰ ਸਪੋਰਟ ਕਰਨ ਵਾਸਤੇ ਕਾਲ ਜ਼ਰੂਰ ਕਰੋ। ਪਰ ਮੇਰੇ ਮਨ 'ਚ ਇਸ ਵੇਲੇ ਦਿਲ 'ਚ ਜ਼ਰੂਰ ਆ ਰਿਹਾ ਕਿ ਮੇਰੇ ਪਰਿਵਾਰ 'ਚ ਵੀ ਕੋਈ ਨਹੀਂ ਹੈ ਜਿਹੜਾ ਕਿ ਇਹਨਾਂ ਦੀ ਸਪੋਰਟ ਵਾਸਤੇ ਐਟਲੀਸਟ ਕਾਲ ਤਾਂ ਕਰੇ। ਸੋ ਕਾਲਸ ਕਿਉਂ ਨਹੀਂ ਕਰ ਰਹੇ, ਜ਼ਰੂਰ ਮੈਨੂੰ ਦੱਸੋ ਕਿ ਕਿਉਂ ਤੁਸੀਂ ਕਾਲਸ ਨਹੀਂ ਕਰ ਰਹੇ ਇਹਨਾਂ ਦੀ ਸਪੋਰਟ ਕਰਨ ਵਾਸਤੇ, ਕਿਉਂਕਿ ਕੋਈ ਵੀ ਸਥਿਤੀ ਵਿੱਚ ਹੋ ਸਕਦਾ, ਕੋਈ ਵੀ। ਬਾਕੀ ਅਸੀਂ ਗੱਲ ਕਰ ਰਹੇ ਸੀਗੇ ਹਾਂਜੀ ਕਿ ਤੁਸੀਂ ਫਿਰ ਡਿਸਟ੍ਰਿਕਟ ਅਟਰਨੀ ਕੋਲ ਗਏ, ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਔਰ ਬੜੀਆਂ ਸਾਰੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ ਕਿ ਉਸ ਤੋਂ ਪਤਾ ਲੱਗੀਆਂ ਕਿ ਉਹ ਬੜੇ ਬੰਦਿਆਂ ਨੂੰ ਇੰਜ ਕਰ ਰਿਹਾ। ਹੀ ਵਾਸ ਬੇਸਿਕਲੀ ਲਾਈਕ ਅ ਕੌਨ ਮੈਨ, ਯੂ ਨੋ, ਕੌਨ ਮੈਨ ਕਿ ਬੜਿਆਂ ਨੂੰ ਲੁੱਟ ਰਿਹਾ, ਔਰ ਲੁੱਟਣ ਦਾ ਜਿਹੜਾ ਤਰੀਕਾ ਉਹਨੇ ਲੱਭਿਆ ਸੀਗਾ ਉਹ ਇਸ ਤਰ੍ਹਾਂ ਸੀ ਕਿ ਯੂ ਨੋ ਅਫੇਅਰ 'ਚ ਫਸਾਉਣਾ, ਕੁਛ ਸ਼ੋ ਕਰਨਾ ਔਰ ਫਿਰ ਗਲਤ ਫੋਟੋਆਂ ਲੈ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਰਹਿਣਾ। ਅਤੇ ਕੋਈ ਹੋਰ ਜਿਹੜੀਆਂ ਜਨਾਨੀਆਂ ਤੁਸੀਂ ਕਹਿੰਦੇ ਹੋ ਕਿ ਹੈਗੀਆਂ ਸੀ ਤੁਹਾਨੂੰ ਉਹਨਾਂ ਨੇ ਦੱਸਿਆ, ਕਿਸੇ ਨਾਲ ਕੰਟੈਕਟ ਹੋ ਸਕਿਆ, ਕਿਸੇ ਨੇ ਤੁਹਾਡਾ ਸਾਥ ਦਿੱਤਾ? ਜੀ, ਜਿਹੜੀ ਵੀ ਜਨਾਨੀਆਂ ਸੀ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹਾਂਗੀ, ਇੱਕ ਦਿਨ ਮੇਰਾ ਜ਼ਰੂਰ ਕੰਟੈਕਟ ਹੋਇਆ ਸੀਗਾ, ਮੈਂ ਜਿਵੇਂ ਜਾਣਦੀ ਸੀਗੀ ਤੇ ਉਹਦਾ ਡਿਵੋਰਸ ਹੋਇਆ ਹੋਇਆ ਸੀਗਾ ਤੇ ਉਹਨੇ ਕਿਹਾ ਕਿ ਇਸ ਬੰਦੇ ਨੇ ਜਿਵੇਂ ਪਹਿਲੇ ਰਾਈਡ ਵਗੈਰਾ ਦਿੱਤੀ ਫ੍ਰੀ 'ਚ, ਉਸ ਤੋਂ ਬਾਅਦ ਇਹਨੇ ਆਪਣਾ ਜਿਵੇਂ ਚੱਕਰ ਚੁਕਾਇਆ ਤੇ ਨਕਲੀ ਡਿਵੋਰਸ ਦੇ ਪੇਪਰ ਵਿਖਾ ਕੇ ਕਿ ਉਹ ਵੀ ਡਿਵੋਰਸ ਹੀ ਹੈਗਾ, ਉਹਨੂੰ ਉਹਨਾਂ ਰਿਸ਼ਤਾ ਬਣਾਇਆ ਤੇ ਨਾਲੇ ਉਹ ਵੀ ਬੜਾ ਹੀ ਰੋਈ ਸੀ ਮੇਰੇ ਤੇ ਫੋਨ ਨਾਲ ਤੇ ਕਹਿੰਦੀ ਸੀਗੀ ਕਿ ਉਹਦੇ ਵੀ ਜੁਲਰੀ ਤੇ ਕਾਫੀ ਪੈਸੇ ਲੈ ਚੁੱਕਿਆ ਉਹ। ਅੱਛਾ, ਤੇ ਉਹਨੇ ਵੀ ਪੁਲਿਸ ਬੁਲਾਈ ਸੀ ਉਸ ਵੇਲੇ, ਉਹਨੇ ਵੀ ਪੁਲਿਸ ਬੁਲਾਈ ਸੀਗੀ। ਓਕੇ, ਪਰ ਉਹੀ ਨਾ ਸਬੂਤ ਉਸ ਵੇਲੇ ਉਹਨੇ ਉਹਦੇ ਕੋਲ ਵੀ ਨਹੀਂ ਸੀ ਕੋਈ ਸਬੂਤ, ਕੋਈ ਨਹੀਂ ਐਵੀਡੈਂਸ, ਸਟਰੋਂਗ ਐਵੀਡੈਂਸ ਨਾ ਕਰਕੇ ਕੁਛ ਨਹੀਂ ਹੋ ਪਾਇਆ ਸੀ ਤਾਂ ਵੀ। ਜੀ ਜੀ ਜੀ। ਸੋ ਹੋਰ ਵੀ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਡਿਸਟ੍ਰਿਕਟ ਅਟਰਨੀ ਨੇ ਤੁਹਾਨੂੰ ਫੋਟੋਆਂ ਦੇ ਵਿੱਚੋਂ ਆਪਣੀ ਫੋਟੋ ਪਛਾਣਨ ਨੂੰ ਕਿਹਾ, ਸੋ ਬੜੀਆਂ ਸਾਰੀਆਂ ਸੀ ਉਹ ਫੋਟੋਜ਼। ਹਾਂਜੀ, ਸੋ ਹਾਂਜੀ ਹਾਂਜੀ। ਸੋ ਤੁਸੀਂ ਕੀ ਸੋਚਦੇ ਹੋ? ਕਾਫੀ ਜਨਾਨੀਆਂ ਦੇ ਸੀਗੀਆਂ, 60 ਫੋਟੋਆਂ ਸੀਗੀਆਂ ਨਾ, ਦੇਖਦੇ ਇੱਕ ਇੱਕ ਤੇ ਕਾਫੀ ਮਤਲਬ 60 ਪਿਕਚਰਸ ਦੀ ਸੀਗੀਆਂ। ਹਾਂਜੀ ਹਾਂਜੀ, ਵਾਈਫ ਵੀ ਤੇ ਉਹਦੀ ਪਰਜਾਈ ਦੀ ਵੀ ਸੀ। ਪਰਜਾਈ? ਆਪਣੀ ਪਰਜਾਈ ਦੀ, ਮੁੰਡੇ ਦੀ ਪਰਜਾਈ? ਹਾਂਜੀ। ਓ ਗੋਡ, ਹਾਂਜੀ ਉਹਦੀ ਆਪਣੀ ਪਰਜਾਈ ਦੀ ਸੀ, ਆਪਣੀ ਉਹਦੀ ਵਾਈਫ ਦੀ ਸੀਗੀਆਂ। ਗਿਵ ਮੀ ਅ ਮਿੰਟ, ਲੈਟ ਮੀ ਸੀ, ਕਾਲ ਆ ਰਹੀ ਹੈ, ਉਹ ਕੀ ਕਹਿ ਰਹੇ ਨੇ, ਲੈਟਸ ਸੀ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਕਾਲ ਮੈਚੋਰ ਨਹੀਂ ਹੋਈ, ਬਟ ਹਾਂਜੀ ਤੁਸੀਂ ਕੰਟੀਨਿਊ ਰੱਖੋ, ਦੱਸੋ ਕੀ ਕਹਿ ਰਹੇ ਸੀ। ਹਾਂਜੀ ਹਾਂਜੀ, ਜਦੋਂ ਮੈਂ ਉੱਥੇ ਗਈ ਪੁਲਿਸ ਵਾਲਿਆਂ ਕੋਲ ਤੇ ਸਾਰੀ ਜਿਵੇਂ ਫੋਟੋਆਂ ਵਗੈਰਾ ਵੇਖੀਆਂ ਸਭ ਕੁਛ, ਤੇ ਉੱਥੇ ਤੇ ਮੈਨੂੰ ਕਹਿੰਦਾ ਪੈਨਿਕ ਅਟੈਕ ਆ ਗਿਆ ਸੀ, ਮੈਂ ਬਹੁਤ ਜ਼ਿਆਦਾ ਇੰਨਾ ਰੋਈ, ਮੇਰੀ ਪੈਨਿਕ ਹੀ ਹੋ ਗਈ, ਬੇਹੋਸ਼ ਹੋ ਗਈ ਸੀ ਉੱਥੇ ਹੀ ਨਾ। ਉਸ ਤੋਂ ਬਾਅਦ ਕੀ ਤੁਸੀਂ ਤੁਹਾਡਾ ਵਿਚਾਰ ਹੈ, ਜੋ ਕਮਿਊਨਿਟੀ ਨਾਲ ਕਿਸ ਤਰ੍ਹਾਂ ਨਾਲ ਤੁਸੀਂ ਵਿਚਰਦੇ ਹੋ, ਜਾਂ ਤੁਹਾਨੂੰ ਔਕਵਰਡ ਫੀਲ ਹੁੰਦਾ ਹੋਣਾ ਹੈ, ਜਾਂ ਉਦੋਂ ਔਕਵਰਡ ਜਾਂ ਯੂ ਨੋ ਰਿਐਕਸ਼ਨ ਮਿਲਦਾ ਹੈ ਕਮਿਊਨਿਟੀ 'ਚੋਂ, ਉਸ ਦੇ ਬਾਰੇ ਕੁਝ ਦੱਸੋ। ਹਾਂਜੀ, ਮੈਂ ਮਤਲਬ ਐਜ਼ ਅ ਕਮਿਊਨਿਟੀ 'ਚ ਮੈਨੂੰ ਬੜੀ ਹੈਰਾਨੀ ਹੋਈ ਕਿ ਅੱਜ ਦੇ ਮਾਡਰਨ ਜ਼ਮਾਨੇ ਵਿੱਚ ਜਿਵੇਂ ਔਰਤਾਂ ਸਭ ਨੂੰ ਪਤਾ ਹੈ ਨਾ, ਇੰਨੀ ਮਾਡਰਨ ਟੈਕਨੋਲੋਜੀ ਦਾ ਪਤਾ, ਹਰ ਇੱਕ ਚੀਜ਼ ਦਾ ਪਤਾ ਹੈਗਾ, ਪਰ ਇੱਕ ਵਿਕਟਿਮ ਦੇ ਨਾਲ ਕਿਸ ਤਰ੍ਹਾਂ ਕਿ ਨਾ ਕਿਸ ਤਰ੍ਹਾਂ ਸਪੋਰਟ ਕਰਨ ਦੀ ਬਜਾਏ ਕਿ ਉਹਨੇ ਕਿਸ ਤਰ੍ਹਾਂ ਮੇਰੇ ਓਪੋਜ਼ਿਟ ਮੇਰੇ ਤੇ ਉਂਗਲੀ ਚੱਕੀ ਹੈ ਤੇ ਮੈਨੂੰ ਹੀ ਕਿਹਾ ਹੈ, ਮੈਂ ਬਹੁਤ ਹੀ ਦੁੱਖ ਵਾਲੀ ਗੱਲ ਹੈਗੀ ਹੈ ਨਾ, ਕਿ ਮੈਂ ਸੋਚਿਆ ਸੀ ਕਿ ਮੈਨੂੰ ਸ਼ਾਇਦ ਸਪੋਰਟ ਮਿਲੇਗਾ, ਪਰ ਅੱਜ ਕੱਲ੍ਹ
ਕਿਉਂਕਿ ਇਹ ਪੁਰਾਣੀ ਗੱਲਾਂ ਨੇ ਜਿਵੇਂ ਜਿਹੜੇ ਕਹਿੰਦੇ ਨੇ ਕਿ ਸਾਰੀ ਕਸੂਰ ਹਮੇਸ਼ਾ ਔਰਤਾਂ ਦਾ ਹੀ ਕਰ ਦਿੰਦੇ ਨੇ। ਮੈਨੂੰ ਸੋਚਿਆ ਸੀ ਕਿ ਸਾਰੇ ਮਾਡਰਨ ਨੇ, ਮਾਡਰਨ ਵਿਚਾਰ ਹੋਣਗੇ, ਪਰ ਦੇਖਿਆ ਜਾਵੇ ਉਹਨਾਂ ਸਾਰੇ ਵਿਚਾਰ ਇਹੋ ਜਿਹੇ ਨਿਕਲੇ ਪੁਰਾਣੇ ਕਿ ਬਈ ਤੁਸੀਂ ਹੀ ਤੁਹਾਨੂੰ ਹੀ ਕਸੂਰਵਾਰ। ਹਾਂਜੀ ਚਲੋ ਲੈਟਸ ਸੀ, ਇੱਕ ਕਾਲ ਆ ਰਹੀ ਹੈ, ਉਹ ਦੇਖਦੇ ਹਾਂ ਕੌਣ ਨੇ ਔਰ ਕੀ ਕਹਿਣਾ ਚਾਹ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਸੁਰਿੰਦਰ ਜੀ, ਥੈਂਕ ਯੂ ਤੁਸੀਂ ਕਾਲ ਕੀਤਾ, ਮੈਂ ਹੈਰਾਨ ਆ ਅੱਜ ਕਾਲਾਂ ਗਈਆਂ ਕਿੱਥੇ। ਹਾਂਜੀ ਪਤਾ ਕੀ ਆ, ਇੱਕ ਜਦੋਂ ਆਪਾਂ ਕੋਈ ਇਹੋ ਜਿਹੀ ਘਟਨਾ ਸੁਣਦੇ ਆ ਦੇਖਦੇ ਆ ਤੇ ਮਨ ਬੜਾ ਸਹਿਮ ਜਾਂਦਾ ਏ ਜੀ ਜੀ ਜੀ, ਤੇ ਉਹਦੀ ਸੋਚ ਦੇ ਵਿੱਚ ਹੀ ਮਤਲਬ ਲੱਗ ਗਏ ਆ ਵੀ ਇਸ ਵਿਚਾਰੀ ਲੜਕੀ ਦੇ ਨਾਲ ਕੀ ਹੋਇਆ ਏ। ਤੇ ਅਮੇਰਿਕਾ ਦੇ ਵਿੱਚ ਆਪਾਂ ਇਹੋ ਜਿਹੇ ਕੰਟਰੀ ਦੇ ਵਿੱਚ ਬੈਠੇ ਆ ਤੇ ਇੱਥੇ ਵੀ ਇਹੋ ਜਿਹਾ ਕੁਛ ਚੱਲਦਾ ਪਿਆ ਏ ਜੀ ਜੀ ਜੀ। ਹਾਂਜੀ ਤੇ ਮੈਂ ਤਾਂ ਇਹੀ ਕਹਾਂਗੀ ਕਿ ਪਤਾ ਕੀ ਆ, ਦੁਨੀਆਂ ਦੇ ਉੱਤੇ ਜੇ ਦੇਖਿਆ ਜਾਵੇ ਨਾ ਕੋਈ ਇਹ ਇਕੱਲੀ ਨੀ ਹੋਣੀਗੀ। ਹੁਣ ਤਾਂ ਐ ਲੱਗਦਾ ਕਿ ਕੋਈ ਜ਼ਮਾਨਾ ਨੀ ਬਦਲਦਾ ਗਾ, ਸਾਇੰਸ ਚਾਹੇ ਕਿੱਥੇ ਵੀ ਲੈ ਜੇ ਉਹ ਸਾਨੂੰ ਮਤਲਬ ਉਹਦੇ ਜਿਵੇਂ ਚੰਗੇ ਵੀ ਹੈਗੇ ਆ ਸਾਈਡ ਤੇ ਬੁਰੀ ਸਾਈਡ ਵੀ ਹੈਗੀ ਆ। ਸੁਰਿੰਦਰ ਜੀ ਤੁਸੀਂ ਇਹ ਬਿਲਕੁਲ ਸਹੀ ਕਹਿ ਰਹੇ ਹੋ, ਔਰ ਕੀ ਸਿੱਖ ਮਿਲਦੀ ਹੈ ਸਾਨੂੰ ਇੱਥੋਂ? ਕੀ ਸਿੱਖ ਮਿਲਦੀ ਆ ਕਿ ਅਸੀਂ ਨਾ ਆਪਣਾ ਦੁੱਖ ਆਪਣੇ ਘਰ ਦੇ ਵਿੱਚ ਹੀ ਰੱਖੀਏ। ਕੋਈ ਭੈਣ ਭਰਾ ਜਿਹੜਾ ਆਪਣਾ ਹੈਗਾ ਨਾ ਉਹੀ ਉਸੇ ਨਾਲ ਉਹ ਸਾਡਾ ਏ ਹਨਾ, ਤੇ ਉਹਦੇ ਕੋਲੋਂ ਭਾਵੇਂ ਅਸੀਂ ਸਾਨੂੰ ਉਹ ਦੋ ਗੱਲਾਂ ਅਸੀਂ ਜੇ ਕਵਾਂਗੇ ਨਾ ਉਹਨਾਂ ਨੂੰ ਸਾਨੂੰ ਉਹ ਬੈਕ ਚਾਹੇ ਉਹ ਬੁਰਾ ਵੀ ਕਵੇ ਪਰ ਫਿਰ ਵੀ ਉਹ ਸਾਨੂੰ ਇਹ ਹੋਣਾ ਚਾਹੀਦਾ ਕਿ ਉਹ ਸਾਡਾ ਆਪਣਾ ਏ। ਪਰ ਕੋਈ ਜਿਹੜਾ ਬਹੁਤ ਟਾਰਗੇਟ ਕਰਕੇ ਆਇਆ ਨਾ, ਚੋਰ ਕਹਿ ਲੋ ਡਾਕੂ ਕਹਿ ਲੋ, ਜੋ ਕੋਈ ਚੀਟ ਕਰਨ ਆਇਆ ਉਹ ਕਿਸੇ ਨਾ ਕਿਸੇ ਤਰ੍ਹਾਂ ਕਰ ਲੇਗਾ, ਫਿਰ ਉਸ ਤੋਂ ਬਾਅਦ ਨੈਕਸਟ ਸਟੈਪ ਜਿਵੇਂ ਰੱਬ ਦੇ ਬਣਾਏ ਵੀ ਆ। ਪਤਾ ਕੀ ਆ, ਪਤਾ ਨਹੀਂ ਇਹੋ ਜਿਹੇ ਬੰਦਿਆਂ ਨੂੰ ਵੀ ਕੋਈ ਨਾ ਕੋਈ ਚੀਜ਼ ਇਹਨਾਂ ਦਾ ਖਾਣਾ ਇਹਨਾਂ ਨੂੰ ਮਿਲਦਾ ਹੀ ਰਹਿੰਦਾ ਹੈ ਜਾਨਵਰ ਦਾ। ਸਹੀ ਕਹਿ ਰਹੇ ਨਹੀਂ? ਹਾਂਜੀ ਬਿਲਕੁਲ, ਜੇ ਰੱਬ ਨੇ ਬਣਾਇਆ ਨਾ, ਮੈਂ ਨੀ ਜਿਹੋ ਜਿਹਾ ਬੰਦਾ ਬਣਾਇਆ ਉਹਨੂੰ ਉਹੋ ਜੀ ਉਹ ਰਸਤਾ ਦਿੱਤਾ ਵਾ, ਹੈ ਕਦੇ ਉੱਧਰ ਹੀ ਚੱਲੀ ਜਾਂਦਾ ਤੇ ਉੱਧਰ ਹੀ ਉਹਨੂੰ ਉਹਦਾ ਜਿਹੜਾ ਹੈਗਾ ਚੀਜ਼ ਮਿਲਦਾ ਪਿਆ। ਪਰ ਸਾਨੂੰ ਆਪਣੇ ਆਪ ਨੂੰ ਹੁਣ ਇਹਨੂੰ ਜੋ ਹੋ ਗਿਆ ਮੈਂ ਨੀ ਹਨਾ, ਜੋ ਹੋ ਜੇ ਉਹ ਤੇ ਠੀਕ ਆ, ਉਹਨੂੰ ਅਸੀਂ ਗਲਤ ਅਸੀਂ ਆਪਣੇ ਆਪ ਵਿੱਚ ਹੀ ਗਲਤ ਹੋ ਕੇ ਹੀ ਹੋਇਆ ਏ ਹਨਾ। ਕਿਸੇ ਤੇ ਵਿਸ਼ਵਾਸ, ਕਿਸੇ ਬੰਦੇ ਤੇ ਵਿਸ਼ਵਾਸ ਨੀ ਕਰਨਾ ਚਾਹੀਦਾ ਬਾਹਰਲੇ ਤੇ। ਜੀ 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 ਠੀਕ ਹੈ, ਆਪਣੇ ਨਾਲ ਗੱਲ ਕਰ ਲੋ। ਕੋਈ ਆਪਣੀ ਕੋਈ ਵੀ ਹੋਵੇ, ਮਤਲਬ ਲੇਡੀ ਹੋਵੇ, ਕੋਈ ਆਪਣਾ ਭੈਣ ਭਰਾ ਹੋਵੇ। ਕਈ ਵਾਰੀ ਅਸੀਂ ਕਹਿੰਦੇ ਆ ਨਹੀਂ ਆਪਣੇ ਕੋਲੇ ਗੱਲ ਨਾ ਕਰੀਏ ਬਾਹਰ ਗੱਲ ਕਰੀਏ, ਪਰ ਬਾਹਰ ਤੇ ਬਾਹਰ ਹੀ ਹੁੰਦਾ ਹੈ। ਪਤਾ ਹਾਂਜੀ ਬਹੁਤ ਵਧੀਆ। ਹਾਂਜੀ ਕੋਈ ਵੀ ਕਿਸੇ ਦਾ ਨਹੀਂ ਬਣਦਾ ਗਾ, ਆਪਣਾ ਆਪਣਾ ਹੀ ਰਹੂਗਾ ਅਰਵਿੰਦ ਜੀ। ਇਹਨੂੰ ਮੈਂ ਕਹਿੰਦੀ ਆ ਕਿ ਜੋ ਹੋਇਆ ਨਾ ਸਮਝ ਲੋ ਕਿ ਇਹ ਬਲਾ ਟਲ ਗਈ ਆ, ਤੇ ਜੋ ਬੱਚਤ ਹੋ ਗਈ ਆ ਨਾ, ਤੇ ਜੇ ਗਾਹ ਨੂੰ ਹੁਣ ਤੂੰ ਆਪਣੇ ਹਸਬੈਂਡ ਦੇ ਕੋਲ ਸ਼ੇਅਰ ਕਰ, ਸ਼ੇਅਰ ਕਰਕੇ ਨਾਲ ਹੀ ਰਲ ਕੇ ਸਭ ਕਰ ਰਹੇ ਨੇ। ਇੱਕ ਹੋਰ ਕਾਲ ਲੈਂਦੇ ਆ, ਦੇਖਦੇ ਕੀ ਕਹਿ ਰਹੇ ਆ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ? ਮੇਰਾ ਨਾਮ ਪ੍ਰੀਤੀ ਹੈ। ਹਾਂਜੀ ਪ੍ਰੀਤੀ, ਕੀ ਕਹੋ ਗਿਆ ਅੱਜ ਤੁਸੀਂ? ਸਾਰੀ ਗੱਲ ਸੁਣੀ ਹੈ, ਸਾਡੇ ਨਾਲ ਜਿਨ੍ਹਾਂ ਨਾਲ ਇਹ ਆਪ ਬੀਤੀ ਹੈਗੀ ਹੈ ਉਹ ਵੀ ਮੌਜੂਦ ਨੇ, ਤੇ ਤੁਹਾਡੇ ਮਨ 'ਚ ਕੀ ਆ ਰਿਹਾ? ਹਾਂਜੀ ਮੈਮ, ਮੈਂ ਇਸ ਕੇਸ ਦੇ ਵਿੱਚ ਕਹਿਣਾ ਚਾਹੂੰਗੀ ਕਿ ਆਈ ਵੁੱਡ ਲਾਈਕ ਟੂ ਅਪਰੀਸ਼ੀਏਟ ਹਰ ਹਸਬੈਂਡ ਐਜ਼ ਯੂ ਟੋਲਡ ਦੈਟ ਹੀ ਸਟੂਡ ਬਾਈ ਹਰ ਐਬਸੋਲੂਟਲੀ ਜੀ, ਇਵਨ ਆਫਟਰ ਨੋਇੰਗ ਦੈਟ ਟੂ ਦੈਟ ਸ਼ੀ ਵਾਸ ਚੀਟਿੰਗ ਔਨ ਹਿਮ ਜੀ। ਸੀ ਹੀ ਇਜ਼ ਦ ਹੀਰੋ ਆਫ ਦਿਸ ਸਟੋਰੀ। ਰਾਈਟ ਰਾਈਟ, so that's what I would like to say, that if you have any problem, you know, you have to share with your family, because if you don't tell it to your family, you are not able to tell it to anybody. ਸਹੀ ਹੈ ਬਿਲਕੁਲ। ਇੱਥੋਂ ਇਹ ਵੀ ਪਤਾ ਲੱਗਦਾ ਕਿ ਅਸੀਂ ਜਿਹੜਾ ਬਲੈਕਮੇਲ ਦਾ ਜਿਹੜਾ ਇੱਕ ਉਹ ਕਹਿੰਦੇ ਨਾ ਹਥਿਆਰ ਹੈ ਬਲੈਕਮੇਲ ਕਰਨਾ, ਕਿ ਹਾਂ ਮੈਂ ਦੱਸ ਦਾਂਗਾ, ਜਦੋਂ ਕੋਈ ਵੀ ਗੱਲ ਹੈ, ਕੋਈ ਵੀ ਗੱਲ ਪਿੱਛੇ ਤੁਸੀਂ ਬਲੈਕਮੇਲ ਹੋ ਰਹੇ ਹੋ, ਤਾਂ ਤੁਸੀਂ ਉਹ ਗੱਲ ਪਹਿਲੇ ਆਪਣੇ ਆਪ ਜਾ ਕੇ ਦੱਸ ਦਿਓ, ਬਲੈਕਮੇਲ ਨਾ ਹੋਵੋ। ਕਿਉਂਕਿ ਜਿਸ ਤਰ੍ਹਾਂ ਇਹਨਾਂ ਨਾਲ ਹੋਇਆ ਹੈ, ਸਾਫ਼ ਦਿਖਦਾ ਹੈ ਕਿ ਉਹਨਾਂ ਨੇ ਉਸ ਗੱਲ ਨੂੰ ਸਗੋਂ ਸਾਥ ਦਿੱਤਾ, ਪਰ ਇਹ ਕਿੰਨੀ ਦੇਰ ਇਸ ਪਿੱਛੇ ਬਲੈਕਮੇਲ ਹੁੰਦੇ ਰਹੇ ਕਿ ਬਈ ਮੇਰੇ ਹਸਬੈਂਡ ਨੂੰ ਮੇਰੇ ਰਿਲੇਟਿਵਸ ਨੂੰ ਪਤਾ ਲੱਗ ਗਿਆ। ਸੋ ਦੈਟਸ ਵੈਰੀ ਇੰਪੋਰਟੈਂਟ। ਦੂਸਰਾ ਜ਼ਰੂਰ ਇਹ ਹੈਗਾ ਕਿ ਜਿਹੜਾ ਟਾਰਗੇਟ ਕੋਈ ਕਰਦਾ ਹੈ ਨਾ, ਅਸੀਂ ਪੂਰੀ ਵੀ ਨਹੀਂ ਇਹਨਾਂ ਨੂੰ ਕਹਿ ਸਕਦੇ, ਅਸੀਂ ਕਿੰਨੇ ਬੰਦੇ ਜੇ ਠੀਕ ਬੈਠ ਜਾਂਦੀ, ਜਿਵੇਂ ਉਹ ਪਹਿਲੇ ਮਾਂ ਨਾਲ ਆਇਆ, ਹਸਬੈਂਡ ਨੂੰ ਜਾਣਦਾ, ਹਸਬੈਂਡ ਦੀ ਕਮਿਊਨਿਟੀ 'ਚੋਂ ਹੈ, ਕੈਬ ਡਰਾਈਵਰ ਹੈ, ਹਸਬੈਂਡ ਵੀ ਕੈਬ ਡਰਾਈਵਰ ਹੈ, ਫਿਰ ਵਾਈਫ ਨਾਲ ਆਇਆ, ਅਤੇ ਇੱਕ
अच्छा इंसान भी तो इस तरह की ऑफर करता है कि भाई भैन जी कितने जाना होएगा मैं ले जाऊंगा तुहानू। सो शुरुआत उत्थों हुई है, असं यह ना भुलीए कि शुरुआत इतों हुई है तो बड़ा स्मार्टली एक्ट कर रहा है। सो नॉट नैसरी कि यू नो ये किस तरह चुंगल च फस गए, ये ज़्यादा व्डा क्वेश्चन मैनू नहीं लग रहा, क्योंकि वो इन्ना टारगेट करके आया है वो अपना अपनी फैमिली नू छड़ के अपन लोगों नू प्रायोरिटी देने लग पैंदे ना जी। देयर इज अ प्रॉब्लम टू, अगर ताडे ताडी फैमिली दे विच कोई प्रॉब्लम चल रही है या कुछ भी, यू शुड सॉर्ट इट आउट राइट। जी 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 या बिल्कुल। आई थिंक पर मेनू इस गल दे विचों लाइक शिक्षा ही मिलदी है कि यू शुड ऑलवेज टॉक टू योर फैमिली, ऑलवेज ऑलवेज। बिल्कुल, फैमिली कही किसी ने, वड्डी फैमिली कम्युनिटी भी कही है। सो ही इज़ फ्रॉम कम्युनिटी, ही इज़ पंजाबी स्पीकिंग, ही इज़ फ्रॉम सेम प्रोफेशन। सो वो भी बड़ा खतरनाक लगता है कि तुसी अपने आप नू कितना छोटा कर लोगे। बाय चांस अगर थोड़ी फैमिली जिहड़े बाकी टारगेटेड वूमेन सीगियां वो सिंगल सीगियां, उन्हां कोई है ही नहीं, फैमिली नहीं है उन्हां दी, सो दैट्स हाउ दे गॉट ट्रैप्ड। देन यू शुड सीक द लीगल हेल्प। हां जी, social media is there, if you know how to use it, you must know that how to use that in a right way, right? So that's a good idea. Yeah, theek hai ki oh is to thank you so much ji, just ena ne kya ki you know social media oh ਤੁਹਾਨੂੰ ਬਦਨਾਮ ਕਰਨ ਵਾਸਤੇ ਬਲੈਕਮੇਲ ਕਰਦਾ ਰਿਹਾ ਨਾ, ਬਾਕੀ ਸਾਰਿਆਂ ਨੂੰ ਮੈਸੇਜ ਇਹ ਹੈ ਕਿ ਅਗਰ ਤੁਹਾਨੂੰ ਉਹ ਆਉਂਦਾ ਤਾਂ ਤੁਸੀਂ ਉਸ ਚੀਜ਼ ਨੂੰ ਯੂਜ਼ ਕਰਕੇ ਯੂ ਨੋ ਕਨਵਿਕਟ ਨੂੰ ਤੁਸੀਂ ਉਹ ਕਰ ਸਕਦੇ ਹੋ, ਪਰ ਸਮਾਰਟਲੀ ਉਸ ਵੇਲੇ ਐਕਟ ਕਰਨਾ ਬਹੁਤ ਜ਼ਰੂਰੀ ਹੈ। ਹੋਰ ਕੁਛ ਕਹੋਗੇ ਤੁਸੀਂ ਵਿਸਕੌਨਸਨ ਤੋਂ? ਹਾਂਜੀ, ਮੈਂ ਇਹੀ ਕਹਾਂਗੀ ਕਿ ਮੈਨੂੰ ਇੱਥੇ ਕਮਿਊਨਿਟੀ ਚੋਂ ਔਰਤਾਂ ਨੇ ਕੋਈ ਸਪੋਰਟ ਨਹੀਂ ਮਿਲਿਆ, ਸਾਰਿਆਂ ਨੇ ਮੇਰੇ ਉੱਤੇ ਹੀ ਉਂਗਲੀ ਚੱਕੀ, ਮੈਨੂੰ ਹੀ ਕਿਹਾ ਜੀ ਕਿ ਮੈਂ ਉਹਨੂੰ ਕਹਿੰਦੀ ਰਹੀ ਕਿ ਮੈਂ ਇੱਕ ਤਾਂ ਦੀ ਵਿਕਟਿਮ ਹਾਂ, ਮੇਰਾ ਕੋਈ ਕਸੂਰ ਨਹੀਂ ਹੈਗਾ ਇਹਨੂੰ, ਪਰ ਸਭ ਨੇ ਜਿਵੇਂ ਪੱਲਾ ਝਾੜ ਕੇ ਪਿੱਛੇ ਹਟ ਗਏ, ਕੋਈ ਇਕੱਲਾ ਛੱਡਤਾ, ਕੋਈ ਸਪੋਰਟ ਲਈ ਨਹੀਂ ਸੀਗਾ। ਮੈਂ ਇਮੋਸ਼ਨਲੀ ਬਹੁਤ ਹੀ ਜ਼ਿਆਦਾ ਟੁੱਟ ਗਈ ਸੀ, ਬਹੁਤ ਜ਼ਿਆਦਾ, ਜਿਵੇਂ ਬਹੁਤ ਸਹਾਰੇ ਦੀ ਲੋੜ ਸੀ ਬਹੁਤ ਇਮੋਸ਼ਨਲੀ। ਉਸ ਵੇਲੇ ਸਿਰਫ ਮੇਰੇ ਹਸਬੈਂਡ ਅਤੇ ਉਹਨਾਂ ਦੇ ਪੇਰੈਂਟਸ ਮੇਰੇ ਨਾਲ ਖੜੇ ਰਹਿੰਦੇ ਹਰ ਵੇਲੇ। ਕੌਣ, ਤੁਹਾਡੇ ਪੇਰੈਂਟਸ ਕੇ ਹਸਬੈਂਡ ਦੇ ਪੇਰੈਂਟਸ? ਨਹੀਂ, ਹਸਬੈਂਡ ਦੇ ਪੇਰੈਂਟਸ। That is wonderful, that's so appreciable. ਬਹੁਤ ਹੀ ਖੂਬਸੂਰਤ ਗੱਲ ਤੁਸੀਂ ਇਹ ਸ਼ੇਅਰ ਕਰ ਰਹੇ ਹੋ, ਥੈਂਕ ਯੂ ਸੋ ਮੱਚ। ਮੈਂ ਬਾਕੀਆਂ ਸਾਰਿਆਂ ਨੂੰ ਜ਼ਰੂਰ ਇਹ ਚੀਜ਼ ਯਾਦ ਕਰਾ ਰਹੀ ਹਾਂ ਕਿ ਠੀਕ ਹੈ, ਇਹ ਸਾਰੀਆਂ ਚੀਜ਼ਾਂ 'ਚ ਸਾਨੂੰ ਸਾਡਾ ਮਨ ਜਿਹੜਾ ਹੈ ਨਾ ਬਹੁਤ ਜਲਦੀ ਇੱਕ ਕਹਿੰਦੇ ਆ ਨਾ ਕਿ ਰੀਜ਼ਨ ਲੱਭਣ ਨੂੰ, ਸਾਡਾ ਵਾਇਰਡ ਹਾਂ ਅਸੀਂ, ਸਾਡਾ ਬ੍ਰੇਨ ਇਸ ਤਰ੍ਹਾਂ ਵਾਇਰਡ ਹੈ ਕਿ ਅਸੀਂ ਹਰ ਚੀਜ਼ ਦਾ ਇੱਕ ਰੀਜ਼ਨ ਪਹਿਲੇ ਲੱਭਣ ਨੂੰ, ਬਲੇਮ ਸਾਨੂੰ ਪਤਾ ਲੱਗ ਜਾਏ ਕਿਹਦਾ ਕਾਰਨ ਹੋਇਆ, ਕਿਉਂ ਹੋਇਆ ਹੈ, ਉਹ ਸਾਡਾ ਵਰਕ ਕਰਨ ਲੱਗ ਜਾਂਦਾ ਬੜੀ ਜਲਦੀ। ਅਤੇ ਇੱਥੇ ਵੀ ਸਾਡਾ ਦਿਮਾਗ ਸਾਰਾ ਉੱਥੇ ਜਾ ਰਿਹਾ ਕਿ ਹੋਇਆ ਕਿਵੇਂ। ਅਫਕੋਰਸ ਬਹੁਤ ਜ਼ਰੂਰੀ ਹੈ ਸੀਖ ਲੈਣ ਵਾਸਤੇ, ਔਰ ਸਾਰਾ ਉਹਨਾਂ ਦਾ ਜਿਹੜਾ ਪਰਪਸ ਹੈ ਇੱਥੇ ਆਉਣ ਦਾ, ਕਿਉਂਕਿ ਉਹ ਤਾਂ ਇਸ ਵੇਲੇ ਅੰਡਰ ਚਾਰਜਿਸ ਹੈਗੇ ਆ, ਭਾਵੇਂ ਉਹ ਪ੍ਰੋਬੇਸ਼ਨ 'ਤੇ ਬਾਹਰ ਵੀ ਆਏਗਾ ਅਤੇ ਉਹਦੀ ਬੜੀਆ ਰਿਸਟ੍ਰਿਕਟਿਡ ਲਾਈਫ ਹੋਣ ਵਾਲੀ ਹੈ, ਉਹਦੀ ਬੜੀ ਲੰਬੀ ਲਿਸਟ ਹੈਗੀ ਹੈ ਉਹਨਾਂ ਨੇ ਜਿਹੜੀ ਭੇਜੀ ਹੈ ਕਿ ਉਹ ਕੀ ਨਹੀਂ ਕਰ ਸਕੇਗਾ ਈਵਨ ਵੈਨ ਹੀ ਇਜ਼ ਆਊਟ। ਸੋ ਵੋਟ ਤੱਕ ਨਹੀਂ ਦੇ ਸਕੇਗਾ, ਐਲਕੋਹਲ ਨਹੀਂ ਪੀ ਸਕੇਗਾ, ਡਰਾਈਵ ਨਹੀਂ ਕਰ ਸਕੇਗਾ, ਬੜਾ ਕੁਛ ਹੈਗਾ ਜਿਹੜਾ ਰਿਸਟ੍ਰਿਕਸ਼ਨਸ ਉਹਦੇ ਯੂ ਨੋ ਉਹਨੂੰ ਹੋਣਗੀਆਂ। ਬਟ ਇਹਨਾਂ ਦਾ ਮੇਨ ਪਰਪਸ ਸੀ ਕਿ ਇਹ ਮੇਰੇ ਨਾਲ ਹੋਇਆ, ਹੋਰ ਕਿਸੇ ਨਾਲ ਨਾ ਹੋਏ। ਸੋ ਬਹੁਤ ਜ਼ਰੂਰੀ ਹੈ, ਐਜ਼ ਅ ਮੈਨੂੰ ਲੱਗਦਾ ਐਜ਼ ਅ ਕਮਿਊਨਿਟੀ ਕਿ ਅਸੀਂ ਹੋਰ ਥੋੜ੍ਹੇ ਫੋਰਗਿਵਿੰਗ ਚਾਹੀਦੇ ਹਾਂ, ਜੇ ਉਹਨਾਂ ਦੇ ਹਸਬੈਂਡ ਹਸਬੈਂਡ ਦੀ ਫੈਮਿਲੀ ਇੰਨੀ ਫੋਰਗਿਵਿੰਗ ਹੋ ਸਕਦੀ ਹੈ ਜਿਹੜੀ ਉਹ ਸਾਥ ਦੇ ਰਹੀ ਹੈ ਕਿ ਨਹੀਂ ਤੁਸੀਂ ਯੂ ਨੋ ਇਸ ਨੂੰ ਆਪਣੀ ਸਜ਼ਾ ਮਿਲਣੀ ਚਾਹੀਦੀ ਹੈ, ਤੁਸੀਂ ਜ਼ਰੂਰ ਕਰੋ ਔਰ ਵਾਪਸ ਯੂ ਨੋ ਫੈਮਿਲੀ ਠੀਕ ਹੈਗੀ ਹੈ, ਇਕੱਠੇ ਨੇ। ਸੋ ਕਮਜ਼ੋਰ ਘੜੀਆਂ ਬੜਿਆਂ ਦੀ ਹਰ ਕਿਸੇ ਦੀ ਜ਼ਿੰਦਗੀ ਵਿੱਚ ਆ ਸਕਦੀਆਂ ਨੇ, ਪਰ ਫਿਰ ਸਪੋਰਟ ਕਰਨਾ, ਫੋਰਗਿਵਿੰਗ ਹੋਣਾ, ਔਰ ਫਿਰ ਇਹ ਅਬਿਲਿਟੀ ਹੋਣਾ ਦੇਖਣ ਦੀ ਕਿ ਅਸਲ 'ਚ ਕਸੂਰਵਾਰ ਕੌਣ ਹੈ। ਕਿਉਂਕਿ ਜਿਵੇਂ ਇਹਨਾਂ ਨੇ ਕਿਹਾ ਕਿ ਹਮੇਸ਼ਾ ਵਾਕਣ ਜ਼ਿਆਦਾ ਉਂਗਲੀਆਂ ਮੇਰੇ 'ਤੇ ਹੀ ਉੱਠੀਆਂ ਕਿ ਤੂੰ ਗਲਤ ਹੈ। ਠੀਕ ਹੈ, ਅਸੀਂ ਮੰਨਦੇ ਹਾਂ ਕੋਈ ਘੜੀਆਂ ਸੀ ਜਿੱਥੇ ਗਲਤੀ ਸ਼ੁਰੂ ਹੋਈ, ਪਰ ਉਸ ਤੋਂ ਬਾਅਦ ਕਰਦੇ 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 ਅਸੀਂ ਉੱਥੇ ਰੁਕ ਜਾਂਦੇ ਹਾਂ ਅਤੇ ਫਿਰ ਅਸਲੀ ਜਿਹੜਾ ਗੁਨਾਹਗਾਰ ਹੈ ਉਹ ਫਿਰ ਬਚ ਕੇ ਨਿਕਲ ਜਾਏਗਾ ਔਰ ਫਿਰ ਨਵੇਂ ਵਿਕਟਮਸ ਨੂੰ ਲੱਭਦਾ ਰਹੇਗਾ। ਇਹ ਸਿਰਫ ਇਸ ਪਰਟੀਕੁਲਰ ਗੱਲ ਵਿੱਚ ਨਹੀਂ ਅਸੀਂ ਕਹਿ ਰਹੇ, ਇਹ ਹਮੇਸ਼ਾ ਵਾਸਤੇ ਬਹੁਤ ਜ਼ਰੂਰੀ ਹੈ ਕਿ ਯੂ ਨੋ ਅਸੀਂ ਥੋੜ੍ਹਾ ਜਿਹਾ ਆਪਣੀ ਅਬਿਲਿਟੀ, ਥੋੜ੍ਹੀ ਜਿਹੀ ਆਪਣਾ ਦਾਇਰਾ ਖੋਲੀਏ ਇਹ ਦੇਖਣ ਵਾਸਤੇ, ਔਰ ਥੋੜ੍ਹੇ ਹੋਰ ਫੋਰਗਿਵਿੰਗ ਹੋਈਏ ਸਪੋਰਟ ਕਰਨ ਵਾਸਤੇ ਕਿ ਜਿਹਦੇ ਨਾਲ ਮਾੜਾ ਹੋ ਰਿਹਾ ਉਹਦਾ ਸਾਥ ਦੇਈਏ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।